ਖਾਸ ਤੌਰ ਦੇ ਉੱਤੇ ਐਮਐਸਪੀ ਤੇ ਜਦੋਂ ਤੱਕ ਸਾਨੂੰ ਕਾਨੂੰਨਾਂ ਗਰੰਟੀ ਨਹੀਂ ਮਿਲਦੀ ਉਦੋਂ ਤੱਕ ਘਰ ਵਾਪਸੀ ਦੀ ਕੋਈ ਵੀ ਸੰਭਾਵਨਾ ਨਹੀਂ ਬਣਦੀ। ਜਿਵੇਂ ਜਿਵੇਂ ਪ੍ਰਧਾਨ ਮੰਤਰੀ ਸਾਹਮਣੇ ਐਲਾਨ ਕੀਤਾ ਕਿ ਐਮਐਸਪੀ ਦੇ ਉੱਤੇ ਆਪਾਂ ਇੱਕ ਕਮੇਟੀ ਬਣਾ ਦਿੰਨੇ ਆ ਆਮ ਤੌਰ ਤੇ ਕਿਹਾ ਜਾਂਦਾ ਕਮੇਟੀ ਦਾ ਮਤਲਬ ਹੁੰਦਾ ਕੰਮ ਮਿੱਟੀ ਪਰਚੀ ਰੱਦ ਕਰਨ ਦੀ ਮੰਗ ਵੀ ਉਠੀ ਹੋਈ ਹੈ ਵੱਖ-ਵੱਖ ਜਿਹੜੇ ਆਗੂ ਨੇ ਉਹ ਵੀ ਕਹਿੰਦੇ ਨੇ ਕਿ ਹੁਣ ਨਾਲ ਦੀ ਗੱਲ ਪਰਚੇ ਵੀ ਰੱਦ ਕਰ ਦਿਨੇ ਚਾਹੁੰਦੇ ਨੇ ਵਰੁਣ ਗਾਂਧੀ ਦਾ ਵੀ ਬਿੱਤੀ ਦੇਣੀ ਬਿਆਨ ਸੀ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 50000 ਦੇ ਕਰੀਬ ਕਿਸਾਨਾਂ ਤੇ ਪਰਚੇ ਦਰਜ ਕਰਤੇ ਜਿਵੇਂ ਪਿੱਛੇ 26 ਜਨਵਰੀ ਨੂੰ ਕੀਤਾ ਗਿਆ ਸੀ ਇਸੇ ਤਰ੍ਹਾਂ ਉਹ ਕਹਿੰਦੇ ਨੇ ਕਿ ਜਿਨ੍ਹਾਂ ਕਿਸਾਨਾਂ ਦੇ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਵੇ ਜੇ ਨੀਰਬ ਮੋਦੀ ਸ਼ੀਰਮ ਮੋਦੀ ਵਰਗੇ 5500 ਮੋਦੀਆਂ ਦਾ ਹਜ਼ਾਰਾਂ ਕਰੋੜਾ ਰੁਪਇਆ ਢ ਘਾਰ ਕੇ ਬਾਹਰ ਬੈਠੇ ਨਹੀਂ ਤਾਂ ਉਹਨਾਂ ਵੱਡੇ ਵੱਡੇ ਘਰਾਣਿਆਂ ਦਾ ਐਨਪੀਏ ਵੱਧਦਾ ਫਿਰਦਾ ਹੈਗਾ ਤਾਂ ਉਹਦੀ ਥਾਂ ਦੇ ਉੱਤੇ ਜੇ ਕਿਸਾਨਾਂ ਨੂੰ ਕੋਈ ਰਾਹਤ ਦੇ ਦਿੱਤੀ ਜਾਂਦੀ ਉਹ ਚਬੜਾ ਕੀ ਹੈ ਰਮੇਂਦਰਾ ਆਪਣੀ ਗੱਡੀ ਦੇ ਵਿੱਚ ਅੰਦਰ ਬੈਠ ਕੇ ਆਇਆ ਕੈਪਟਨ ਸਾਹਿਬ ਨੂੰ ਪੈਦਲ ਤੁਰਨਾ ਪੈ ਗਿਆ ਬੜੇ ਗੱਡੀਆਂ ਦੇ ਵਿੱਚ ਘੁੰਮਦੇ ਸੀ ਇਸੇ ਦੇ ਚਲਦਿਆਂ ਹੀ ਕਾਉਂਸਲਰਾਂ ਨਾਲ ਧੱਕਾ ਮੁਕੀ ਵੀ ਕੀਤੀ ਗਈ ਹੈ ਮੇਰ ਸਾਹਿਬ ਖੁਦ ਲਾਈਵ ਹੁੰਦੇ ਨਜ਼ਰ ਆਏ ਕਿ ਜਿਹੜਾ ਕੁਝ ਅੱਜ ਇੱਥੇ ਵਾਪਰ ਰਿਹਾ ਹੈ ਇਹਦੀ ਸ਼ੁਰੂਆਤ ਕਿਨੇ ਕੀਤੀ ਸੀ ਪਹਿਲੀ ਵਾਰ ਜੇ ਪੰਜਾਬ ਦੇ ਵਿੱਚ ਲੋਕਤੰਤਰ ਦਾ ਘਾਣ ਹੋਇਆ ਸੀ ਪਟਿਆਲੇ ਤੋਂ ਸ਼ੁਰੂਆਤ ਹੋਈ ਸੀ 2002 ਦੇ ਵਿੱਚ ਮਈ 2002 ਦੇ ਵਿੱਚ ਜੀ ਉਸ ਤੋਂ ਬਾਅਦ ਇਹੀ ਪਾਣਾ ਵਰਤਾਇਆ ਗਿਆ ਰਾਜਪੁਰਾ ਮਿਊਸਪਲਟੀ ਦੀਆਂ ਚੋਣਾਂ ਮਿਊਸਪਲ ਕਾਉਂਸਲ ਦੀਆਂ ਚੋਣਾਂ ਬਾਸ ਇਹ ਸ਼ੁਰੂਆਤ ਕੀ ਇਹ ਕੀਤੀ ਸੀ ਜੇ ਫਿਰ ਤੁਸੀਂ 21 22 ਦੋਜਿਆਂ ਨੂੰ ਉਹਨਾਂ ਨੇ 2007 ਚ 51 ਪਾ ਦਿੱਤੀ ਅਸੀਂ ਤੁਹਾਨੂੰ ਬਥੇਰੀਆਂ ਬੇਨਤੀਆਂ ਕੀਤੀਆਂ ਸੀ ਕਿ ਨਾ ਕਰੋ ਨਾ ਕਰੋ ਨਾ ਕਰੋ ਕਾਉਂਸਲਰ ਬਣ ਜਾਂਦੇ ਤਾਂ ਕਾਉਂਸਲਰਾਂ ਨੂੰ ਧੜੇ ਤੋਂ ਦੂਜੇ ਪਾਸੇ ਵਧਾਉਣਾ ਬੜਾ ਸੌਖਾ ਹੁੰਦਾ ਹੈ ਜੀ ਇਲੈਕਸ਼ਨਾਂ ਦੇ ਵਿੱਚ ਨਾ ਕਰੋ ਇੱਕ ਅਜੀਬ ਕਿਸਮ ਦਾ ਮਾਹੌਲ ਪੈਦਾ ਕਰਤਾ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਦੇ ਤੇ ਗੱਲਬਾਤ ਕਰਦੇ ਆਂ ਵੱਖ-ਵੱਖ ਖਬਰਾਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਇਸ ਚਰਚਾ ਦਾ ਹਿੱਸਾ ਬੰਦੇ ਨੇ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜਿਸ ਤਰ੍ਹਾਂ ਦੇ ਨਾਲ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ 26 ਨਵੰਬਰ ਦਾ ਦਿਨ ਸੀ ਤੇ 26 ਨਵੰਬਰ ਕੱਲ ਹੈ ਕੱਲ 1 ਸਾਲ ਪੂਰਾ ਹੋ ਜਾਏਗਾ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਪੱਕੇ ਮੋਰਚੇ ਲਗਾ ਕੇ ਬੈਠਿਆਂ ਨੂੰ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ ਐਲਾਨ ਵੀ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਹੋਰ ਵੀ ਕਈ ਮੁੱਦੇ ਨੇ ਖਾਸ ਤੌਰ ਦੇ ਉੱਤੇ ਐਮਐਸਪੀ ਤੇ ਜਦੋਂ ਤੱਕ ਸਾਨੂੰ ਕਾਨੂੰਨਨ ਗਰੰਟੀ ਨਹੀਂ ਮਿਲਦੀ ਉਦੋਂ ਤੱਕ ਘਰ ਵਾਪਸੀ ਦੀ ਕੋਈ ਵੀ ਸੰਭਾਵਨਾ ਨਹੀਂ ਬਣਦੀ ਤੇ ਇਸੇ ਦੇ ਚੱਲਦੇ ਆ ਵੱਡੇ ਕਾਫਲੇ ਪੰਜਾਬ ਭਰ ਤੋਂ ਦਿੱਲੀ ਲਈ ਰਵਾਨਾ ਹੋਣੇ ਸ਼ੁਰੂ ਹੋ ਗਏ ਨੇ ਚਾਹੇ ਉਹ ਬੱਸਾਂ ਹੋਣ ਗੱਡੀਆਂ ਹੋਣ ਇੱਥੋਂ ਤੱਕ ਕਿ ਰੇਲ ਗੱਡੀਆਂ ਵੀ ਦਿੱਲੀ ਨੂੰ ਭਰੀਆਂ ਹੋਈਆਂ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਕੀ ਲੱਗਦਾ ਹੈ ਕਿ ਜਿਹੜਾ ਐਮਐਸਪੀ ਦਾ ਕਾਨੂੰਨ ਆ ਉਹਤੇ ਗਰੰਟੀ ਮਿਲੇਗੀ ਤੇ ਕਦੋਂਕ ਖੇਤੀ ਕਾਨੂੰਨਾਂ ਦਾ ਪੱਕਾ ਹੱਲ ਨਿਕਲਾਏਗਾ ਨਹੀਂ ਖੇਤੀ ਕਾਨੂੰਨਾਂ ਦਾ ਜਿਹੜਾ ਪੱਕਾ ਹੱਲ ਆ ਉਹ ਤਾਂ ਹੁਣ ਜਦੋਂ ਕੱਲ ਮੰਤਰੀ ਮੰਡਲ ਦੇ ਵਿੱਚ ਹੂੰ ਉਹਤੇ ਮੋਹਰ ਲੱਗ ਚੁੱਕੀ ਹੈ ਜੀ ਇਸ ਕਰਕੇ ਉਹ ਕਹਿੰਦੇ ਆ ਕਿ ਪਹਿਲੇ ਦਿਨੀ ਹਮ ਸੈਸ਼ਨ ਸ਼ੁਰੂ ਹੋਣਾ 29 ਤੋਂ ਜੀ ਪਹਿਲੇ ਦਿਨੀ ਅਸੀਂ ਇਹਨੂੰ ਰੱਖਾਂਗੇ ਹਮ ਆਮ ਤੌਰ ਤੇ ਕੀ ਹੁੰਦਾ ਜਦੋਂ ਸੈਸ਼ਨ ਚੱਲਦੇ ਨੇ ਪਹਿਲੇ ਦਿਨ ਜਿਹੜੀਆਂ ਵਿਛੜੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਨੂੰ ਸ਼ਰਧਾਂਜਲੀयां ਭੇਂਟ ਕਰ ਦਿੱਤੀਆਂ ਜਾਂਦੀਆਂ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਸੈਸ਼ਨ ਅਗਲੇ ਦਿਨ ਬਿਧੀਬਤ ਚੱਲਦਾ ਜੇ ਹੁਣ 29 ਨੂੰ ਨਹੀਂ ਚੱਲੇਗਾ 30 ਨੂੰ ਚੱਲ ਪਏਗਾ ਹਮ ਔਰ ਇਹ 5 ਮਿੰਟ ਦੀ ਕਾਰਵਾਈ ਹੋਣੀ ਹੈ ਕਿਉਂਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਾਰੀਆਂ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀਆਂ ਸੀ ਜੀ ਹੁਣ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਤਾਂ ਕਿ ਅਸੀਂ ਇਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਰੱਦ ਕਰਨ ਚੱਲੇ ਆ ਕੱਲ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹਦੇ ਤੇ ਮੋਹਰ ਲਾਤੀ ਹੈ ਹਮ ਜਦੋਂ ਇਸ ਨੂੰ ਪਾਰਲੀਮੈਂਟ ਦੇ ਵਿੱਚ ਰੱਖਿਆ ਜਾਵੇਗਾ ਸੈਸ਼ਨ ਦੇ ਵਿੱਚ ਰੱਖਿਆ ਜਾਵੇਗਾ ਸੰਸਦ ਦੇ ਚ ਰੱਖਿਆ ਜਾਵੇਗਾ ਜੀ ਤਾਂ ਸਰਕਾਰ ਨੇ ਕਹਿਣਾ ਕਿ ਇਹ ਤਿੰਨੇ ਕਾਨੂੰਨ ਰੱਦ ਹਮ ਜਿਹੜੇ ਭਾਜਪਾ ਦੇ ਸਮਰਥਕ ਵਾਲੇ ਨੇ 300 ਤੋਂ ਵੱਧ ਉਹਨਾਂ ਨੇ ਥਪਥਪਾ ਦੇਣਾ ਜੀ ਪਾਸ ਤਾਂ ਉਹਨਾਂ ਨਾਲ ਹੀ ਹੋ ਜਾਣਾ ਹੈਗਾ ਪਰ ਜਿਹੜੇ ਵਿਰੋਧੀ ਧਿਰਾਂ ਉਹ ਵੀ ਤਾਂ ਇਹਦਾ ਵਿਰੋਧ ਕਰਦੀਆਂ ਸੀ ਜਦੋਂ ਹੁਣ ਵਿਰੋਧ ਚ ਜਾਊਗਾ ਤਾਂ ਉਹਨਾਂ ਨੇ ਵੀ ਵੱਡੇ ਪੱਧਰ ਤੇ ਇਹਦੀ ਹਮਾਇਤ ਕਰ ਦੇਣੀ ਹੈ ਮੈਨੂੰ ਲੱਗਦਾ ਹੈ ਕਿ ਕੋਈ ਬਿਰਲਾ ਹੀ ਹੋਏਗਾ ਜਿਹੜਾ ਕਿਸਾਨਾਂ ਦਾ ਵਿਰੋਧ ਕਰੇਗਾ ਨਹੀਂ ਸਾਰਿਆਂ ਨੇ ਇਹ ਸਰਬਸੰਮਤੀ ਨਾਲ ਹੀ ਪਾਸ ਹੋ ਜਾਣਾ ਉਸ ਤੋਂ ਬਾਅਦ ਜਦੋਂ ਸੰਸਦ ਨੇ ਇਹਨੂੰ ਇੱਕ ਵਾਰੀ ਪਾਸ ਕਰ ਦਿੱਤਾ ਤਾਂ ਇਹਨੂੰ ਤੁਸੀਂ ਕਾਨੂੰਨ ਬਣਿਆ ਸਮਝੋ ਪਰ ਰਸਮੀ ਤੌਰ ਦੇ ਉੱਤੇ ਇਹਦਾ ਜਿਹੜਾ ਅਮਲੀ ਜਾਮਾ ਹੈ ਉਹ ਉਦੋਂ ਪਵੇਗਾ ਜਦੋਂ ਰਾਸ਼ਟਰਪਤੀ ਸਾਹਿਬ ਇਹਦੇ ਤੇ ਹਸਤਾਖਰ ਕਰ ਦੇਣਗੇ ਮੇਰਾ ਕੱਲ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ 552ਵੇਂ ਹਮਮ ਪ੍ਰਕਾਸ਼ ਦਿਹਾੜੇ ਦੇ ਮੌਕੇ ਦੇ ਉੱਤੇ ਇਹ ਐਲਾਨ ਕੀਤਾ ਪ੍ਰਧਾਨ ਮੰਤਰੀ ਦਾ ਐਲਾਨ ਕੋਈ ਐਵੇਂ ਨਹੀਂ ਠੀਕ ਹੈ ਉਹਨਾਂ ਨੇ ਪਹਿਲਾਂ ਚੋਣ ਜੁਮਲਿਆਂ ਦੇ ਵਿੱਚ ਬਹੁਤ ਕੁਝ ਕਿਹਾ ਹੈਗਾ ਪਰ ਜਦੋਂ ਬੰਦਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਹੁੰਦਾ ਉਹਦੀ ਸੰਵਿਧਾਨਕ ਮਹੱਤਤਾ ਹੁੰਦੀ ਹੈ ਉਹਨਾਂ ਨੇ ਲਾਈਵ ਹੋ ਕੇ ਸਿੱਧੇ ਪ੍ਰਸਾਰਣ ਰਾਹੀਂ ਆਖਿਆ ਕਿ ਇਹ ਕਾਨੂੰਨ ਅਸੀਂ ਰੱਪੀਲ ਕਰਦੇ ਹਾਂ ਇਹਨਾਂ ਨੂੰ ਨਹੀਂ ਲਾਗੂ ਕਰਦੇ ਅਸੀਂ ਮਾਫੀ ਵੀ ਮੰਗਦੇ ਹਾਂ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋਏ ਅਸਲ ਦਾ ਕਾਰਨ ਇਹ ਹੈ ਕਿ ਇਹਨਾਂ ਨੂੰ ਨਜ਼ਰ ਆ ਰਹੀ ਹੈ ਯੂਪੀ ਜੀ ਜੇ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਹੋ ਗਿਆ ਤਾਂ 2024 ਦੇ ਵਿੱਚ ਫਿਰ ਲੋਕ ਸਭਾ ਦੀ ਪੌੜੀ ਚੜਨਾ ਔਖਾ ਹੋ ਜਾਵੇਗਾ ਸਰਕਾਰ ਬਣਾਉਣਾ ਔਖਾ ਹੋ ਜਾਵੇਗਾ ਉਸ ਵੇਲੇ ਸਰਕਾਰ ਕੋਈ ਹੋਰ ਤਰ ਬਣਾ ਲਵੇਗੀ ਉਹ ਕਿਹੜੀ ਹੈ ਅਜੇ ਕੁਝ ਨਹੀਂ ਕਹਿ ਸਕਦੇ ਲੰਬਾ ਸਮਾਂ ਪਈ ਹੈ ਇਸ ਮਾਮਲੇ ਦੇ ਵਿੱਚ ਜਦੋਂ ਇਹ ਕਾਨੂੰਨ ਲਿਆਂਦੇ ਗਏ ਸ਼ੁਰੂਆਤ ਹੋਈ ਸੀਗੀ ਇਹ 5 ਜੂਨ 2020 ਨੂੰ ਜਦੋਂ ਇਹਨਾਂ ਤਿੰਨਾਂ ਕਾਨੂੰਨਾਂ ਦੇ ਉੱਤੇ ਆਰਡੀਨੈਂਸ ਲਿਆਂਦਾ ਗਿਆ ਜੀ ਉਸ ਆਰਡੀਨੈਂਸ ਬਿਲੇ ਵੀ ਜੇ ਕਿਸਾਨ ਐਸੇ ਤਰ੍ਹਾਂ ਦਾ ਵਿਰੋਧ ਕਰਕੇ ਬਹਿ ਜਾਂਦੇ ਤਾਂ ਹੋ ਸਕਦਾ ਹੂੰ ਇਹ ਕਾਨੂੰਨ ਪਾਸ ਹੀ ਨਾ ਹੁੰਦੇ ਬਿਲਕੁਲ ਪਰ ਜਿਹੜੇ ਪਾਸ ਹੋ ਗਏ ਹੁਣ ਉਹਦਾ ਪ੍ਰੋਸੀਜਰ ਤਾਂ ਹੈ ਨਾ ਉਹਨਾਂ ਨੂੰ ਰੱਦ ਕਰਨ ਦਾ ਕਿਵੇਂ ਰੱਦ ਕਰਨਾ ਉਹਨਾਂ ਨੂੰ ਹੂੰ ਇਹ ਆਪਣੇ ਆਪ ਦੇ ਵਿੱਚ ਇੱਕ ਮਹਾਨ ਕਮ ਹੈ ਇਹ ਬਹੁਤ ਮੰਦਪੱਗ ਹੈ ਹੂੰ ਮੰਦਪੱਗ ਹੈ ਇਸ ਕਰਕੇ ਆ ਕਿ ਜੇ ਇਹ ਨਾ ਬਣਾਏ ਹੁੰਦੇ ਇੱਕ ਪਾਸੇ ਕਰੋਨਾ ਸੀ ਮਾੜੀ ਗੱਲ ਕੀਤੀ ਗਈ ਤਾਂ ਦੇਸ਼ ਨੂੰ ਨੁਕਸਾਨ ਹੋਇਆ ਹਮ ਭਰਤੀ ਜਨਤਾ ਪਾਰਟੀ ਨੂੰ ਆਪ ਨੂੰ ਵੀ ਨੁਕਸਾਨ ਹੋਇਆ ਤਾਂ ਕਿਸਾਨਾਂ ਨੇ ਉਹਨਾਂ ਆਰਡੀਨੈਂਸਾਂ ਦੇ ਖਿਲਾਫ ਕਿਉਂਕਿ ਸਤੰਬਰ ਦੇ ਵਿੱਚੇ ਕਾਨੂੰਨਾਂ ਨੂੰ ਅਮਨੀ ਜਮਾ ਦਿੱਤਾ ਸੀ ਉਦੋਂ ਬਾਅਦ ਕਿਸਾਨ ਪਹਿਲਾਂ ਤਾਂ ਪੰਜਾਬ ਹਰਿਆਣਾ ਦੀਆਂ ਸੜਕਾਂ ਤੇ ਬੈਠੇ ਰਹੇ ਯੂਪੀ ਵਾਲੇ ਰਕੇਸ਼ ਟਕੈਤ ਸਾਹਿਬ ਵੀ ਨਾਲ ਲੱਗੇ ਤੇ ਫਿਰ ਬਾਅਦ ਦੇ ਵਿੱਚ ਫੈਸਲਾ ਹੋਇਆ ਕਿ 26 ਤੇ 27 ਨਵੰਬਰ ਦੋ ਦਿਨ ਜੀ ਕਿਸਾਨ ਦਿੱਲੀ ਦੀਆਂ ਹੱਦਾਂ ਦੇ ਉੱਤੇ ਜਾਣਗੇ ਹਾਂ ਜੰਤਰ ਮੰਤਰ ਤੇ ਦੋ ਦਿਨ ਧਰਨਾ ਦੇਣਗੇ ਤੇ ਉੱਥੋਂ ਵਾਪਸ ਆ ਜਾਣਗੇ ਹਾਂ ਜਦੋਂ ਹਰਿਆਣਾ ਦੀ ਧਰਤੀ ਦੇ ਵਿੱਚ ਟਕਰਾਅ ਹੋਇਆ ਸ਼ੰਭੂ ਬੈਡਰ ਦੇ ਉੱਤੇ ਇੱਥੇ ਜਦੋਂ ਕਿਸਾਨਾਂ ਨੇ ਜਾਣਾ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਮਨੋਹਰ ਲਾਲ ਖੱਟੜ ਦੀ ਸਰਕਾਰ ਨੇ ਪੁਲਿਸ ਨੇ ਵੱਡੇ ਵੱਡੇ ਬੈਰੀਕੇਡ ਲਾ ਕੇ ਰੋਕੇ ਲੇਕਿਨ ਜਿਵੇਂ ਕਹਿੰਦੇ ਆ ਵੀ ਨੇਹਰੀਆਂ ਦੀ ਥਾਂ ਤੇ ਤੂਫਾਨ ਆ ਜਾਂਦਾ ਉਹਨਾਂ ਨੂੰ ਮੂਰੇ ਕੁਝ ਚੀਜ਼ ਅੜਦੀ ਨਹੀਂ ਹੁੰਦੀ ਜੀ ਤਾਂ ਉਸ ਵੇਲੇ ਜਿਹੜਾ ਹੈਗਾ ਫਿਰ ਸਥਿਤੀ ਇਸ ਕਿਸਮ ਦੀ ਬਣੀ ਤੁਹਾਨੂੰ ਯਾਦ ਉਹਨਾਂ ਨਬਦੀਪ ਸਿੰਘ ਦਾ ਜਿਹੜੇ ਪਾਣੀ ਦੇ ਬਿਛਾੜਾਂ ਦਾ ਹੀ ਮੂੰਹ ਬਦਲਦਾ ਸੀ ਦੂਜੇ ਪਾਸੇ ਨੂੰ ਉਧਰਲੇ ਪਾਸੇੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਿਆਣੇ ਨਾਲ ਸੰਬੰਧਿਤ ਗੁਰਨਾਮ ਸਿੰਘ ਚੜੂਨੀ ਹੋਰੀ ਵੀ ਆਪਣੇ ਵੱਡੇ ਜਥੇ ਲੈ ਕੇ ਬਾਰਡਰਾਂ ਵੱਲੋਂ ਪੰਜਾਬ ਵਾਲਿਆਂ ਪਾਸੇ ਨੂੰ ਆ ਗਏ ਉਹਨਾਂ ਨੇ ਵੀ ਪੰਜਾਬ ਵਾਲੇ ਕਿਸਾਨਾਂ ਦਾ ਸਾਥ ਦਿੱਤਾ ਤਾਂ ਭਾਵੇਂ ਫਿਰ ਬਾਰਡਰ ਲੱਗੇ ਸੀ ਹਰਿਆਣੇ ਦੇ ਵਿੱਚ ਅੰਬਾਲੇ ਭਾਵੇਂ ਲੱਗੇ ਸੀ ਅੱਗੇ ਮਾਰਕੰਡੇ ਪਾਣੀ ਪਤਕਰਨਾਲ ਸੋਨੀਪੱਤ ਤੱਕ ਕਰਦੇ ਸਪਾਇਆ ਕਰਦੇ ਕਰਦੇ ਜਾ ਕੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਰ ਵਿੱਚ ਕਾਮਜਾਬ ਹੋ ਗਏ ਜੇ ਇਹ ਨਾ ਰੋਕਾਂ ਲਾਉਂਦੇ ਤਾਂ ਉਹਨਾਂ ਨੇ ਦੋ ਦਿਨ ਹੀ ਜਾਣਾ ਸੀ ਉੱਥੇ ਜੀ ਉਸ ਸਮੇਂ ਨੂੰ 1 ਸਾਲ ਪੂਰਾ ਹੋ ਜਾਣਾ ਕਲ ਨੂੰ ਹਮ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਕਾਨੂੰਨ ਵਾਪਸ ਲੈ ਲਏ ਨੇ ਜੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪ ਦਾ ਜਿਹੜੇ ਪੁਰਾਣੇ ਪ੍ਰੋਗਰਾਮ ਲਿਖੇ ਨੇ ਉਹਨਾਂ ਨੂੰ ਮਨਾਉਣਗੇ ਹਮ ਉਹਦੇ ਤਹਿਤੀ 22 ਜਨਵਰੀ ਨੂੰ 22 ਨਵੰਬਰ ਨੂੰ ਲਖਨਊ ਦੇ ਵਿੱਚ ਮਹਾਪੰਚਾਇਤ ਹੋਈ ਜੀ ਰਕੇਸ਼ਟ ਕਹਿਤੇ ਹੋਰ ਬਹੁਤ ਸਾਰੇ ਆਗੂ ਉੱਥੇ ਗਏ ਜਿਹੜੇ ਸੰਯੁਕਤ ਮੋਰਚੇ ਦੇ ਪੰਜਾਬ ਨਾਲ ਸੰਬੰਧਿਤ ਹੈ ਹਰਿਆਣਾ ਨਾਲ ਸੰਬੰਧਿਤ ਹੈ ਇਹ ਸਾਰੇ ਆਗੂਆਂ ਨੇ ਉੱਥੇ ਸ਼ਿਰਕਤ ਕੀਤੀ ਸ਼ੁਭਲੀਅਤ ਕੀਤੀ ਜੀ ਸੋ ਇੱਕ ਸਾਲ ਪੂਰਾ ਹੋਣ ਦੀ ਬਰੇ ਗੰਡ ਮਨਾਉਣ ਵਾਸਤੇ ਉਹ ਚੱਲੇ ਨੇ ਹੂੰ ਇਹ ਵੀ ਕਿਹਾ ਕਿ 29 ਨਵੰਬਰ ਨੂੰ ਇਹ ਸੰਸਦ ਵੱਲ ਨੂੰ ਮਾਰਚ ਵੀ ਕਰਨਗੇ ਪਰ ਉਹਦੇ ਸੰਬੰਧ ਵਿੱਚ 27 ਨਵੰਬਰ ਨੂੰ ਹਮ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਆ ਉਹ ਦੁਬਾਰਾ ਹੋਣ ਲੱਗੀ ਹੈ ਮੈਂ ਰਾਜੇਵਾਲ ਸਾਹਿਬ ਦੀ ਗੱਲ ਸੁਣ ਰਿਹਾ ਸੀ ਜੀ ਰਾਜੇਵਾਲ ਸਾਹਿਬ ਨੇ ਇਹ ਗੱਲ ਆਖੀ ਹੈ ਕਿ 80 ਜਿਹੜਾ 29 ਦਾ ਪ੍ਰੋਗਰਾਮ ਹੈ ਉਹ ਅਜੇ ਫਾਈਨਲ ਨਹੀਂ ਲੇਕਿਨ 27 ਤਰੀਕ ਨੂੰ ਮੀਟਿੰਗ ਦੇ ਵਿੱਚ ਵਿਚਾਰਾਂਗੇ ਵੀ ਕੀ ਕਰਨਾ ਹੈ ਹਮ ਕਾਨੂੰਨ ਰੱਦ ਤਾਂ ਹੋ ਚੱਲੇ ਨੇ ਉਹ ਬਾਕੀ ਗੱਲਾਂ ਕਹਿੰਦੇ ਨੇ ਵੀ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਐਮਐਸਪੀ ਦੇ ਉੱਤੇ ਆਪਾਂ ਇੱਕ ਕਮੇਟੀ ਬਣਾ ਦਿੰਨੇ ਆ ਆਮ ਤੌਰ ਤੇ ਕਿਹਾ ਜਾਂਦਾ ਕਮੇਟੀ ਦਾ ਮਤਲਬ ਹੁੰਦਾ ਕੰਮ ਮਿੱਟੀ ਹੂੰ ਸੋ ਉਹ ਕਹਿੰਦੇ ਵੀ ਸਾਨੂੰ ਇਹ ਦੱਸਿਆ ਹੀ ਨਹੀਂ ਗਿਆ ਹਜੇ ਤੱਕ ਜਿਆਦਾ ਪ੍ਰਧਾਨ ਮੰਤਰੀ ਸਾਨੂੰ ਸਮਾਂ ਦੇਣ ਹੂੰ ਅਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਦੇ ਆ ਜਿਹੜੀਆਂ ਮੰਗਾਂ ਬਾਕੀ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਐਮਐਸਪੀ ਦੀ ਕਾਨੂੰਨਨ ਗਰੰਟੀ ਹੂੰ ਬਿਜਲੀ ਬਿੱਲ ਜਿਹੜੇ ਨੇ ਉਹ ਖਤਮ ਕਰਾਉਣੇ ਜਿਹੜੇ ਬਿਜਲੀ ਬਿੱਲ 2020 ਇਹ ਲੈ ਕੇ ਆ ਰਹੇ ਨੇ ਤੀਜਾ 50000 ਦੇ ਕਰੀਬ ਕਿਸਾਨਾਂ ਦੇ ਪਰਚੇ ਦਰਜ ਕਰਤੇ ਜੇ ਮੇ ਪਿੱਛੇ 26 ਜਨਵਰੀ ਨੂੰ ਕੀਤਾ ਗਿਆ ਸੀ ਇਸੇ ਤਰ੍ਹਾਂ ਉਹ ਕਹਿੰਦੇ ਨੇ ਕਿ ਜਿਨ੍ਹਾਂ ਕਿਸਾਨਾਂ ਤੇ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਵੇ ਕੋਈ ਹੋਰ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਕਰਜ਼ੇ ਮਾਫ ਕੀਤੇ ਜਾਣ ਜੇ ਨਿਰਭ ਮੋਦੀ ਸ਼ਿਰਮ ਮੋਦੀ ਵਰਗੇ 5500 ਮੋਦੀਆਂ ਦਾ ਹਜ਼ਾਰਾਂ ਕਰੋੜਾ ਰੁਪਇਆ ਢ ਘਾਰ ਕੇ ਬਾਹਰ ਬੈਠੇ ਨੇ ਤਾਂ ਉਹਨਾਂ ਵੱਡੇ ਵੱਡੇ ਘਰਾਣਿਆਂ ਦਾ ਐਨ ਪੀਏ ਬੱਧਾ ਫਿਰਦਾ ਹੈਗਾ ਤਾਂ ਉਹਦੀ ਥਾਂ ਦੇ ਉੱਤੇ ਜੇ ਕਿਸਾਨਾਂ ਨੂੰ ਕੋਈ ਰਾਹਤ ਦੇ ਦਿੱਤੀ ਜਾਂਦੀ ਉਹ ਚਮੜਾ ਕੀ ਹੈ ਹੂੰ ਸੋ ਇਹ ਬਹੁਤ ਸਾਰੀਆਂ ਮੰਗਾਂ ਨੇ ਜਿਹਦੇ ਉੱਤੇ ਕਿਸਾਨਾਂ ਨੇ ਅਜੇ ਉਹਨਾਂ ਦੀ ਸਹਿਮਤੀ ਨਹੀਂ ਬਣੀ ਉਹਦੇ ਲਈ ਉਹਨਾਂ ਨੇ ਕਿਹਾ ਕਿ ਸਾਡਾ ਮੋਰਚਾ ਜਾਰੀ ਰਹੇਗਾ ਹੂੰ ਕਿਸਾਨਾਂ ਦੇ ਵਿੱਚ ਇਹ ਹੈ ਕਿ ਜੇ ਜੂਪੀ ਦੀਆਂ ਚੋਣਾ ਇੱਕ ਵਾਰੀ ਲੰਘ ਗਈਆਂ ਫਿਰ ਤੂੰ ਕੌਣ ਤੇ ਮੈਂ ਕਹਾਂ ਬਿਲਕੁਲ ਇਹ ਜੂਪੀ ਦੀਆਂ ਚੋਣਾ ਅਜੀਆਂ ਨੇ ਜਿਹਦੇ ਕਰਕੇ ਨਰਿੰਦਰ ਮੋਦੀ ਨੇ ਕਿਸੇ ਨੂੰ ਕੋਈ ਗੱਲ ਨਹੀਂ ਕੀਤੀ ਆਪ ਹੀ ਕਾਨੂੰਨ ਬਣਾਤੇ ਤੇ ਆਪ ਹੀ ਆ ਕੇ ਰੱਦ ਕਰਤੇ ਕ੍ਰੈਡਿਟ ਕਿਸੇ ਨੂੰ ਦਿੱਤਾ ਹੀ ਨਹੀਂ ਹੂੰ ਪਿੱਛੇ ਕੋਈ ਕਹਿੰਦਾ ਸੀ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਨੂੰ ਕ੍ਰੈਡਿਟ ਦੇ ਦਿੱਤਾ ਜਾਵੇਗਾ ਨਹੀਂ ਦਿੱਤਾ ਗਿਆ ਹੂੰ ਉਹਨਾਂ ਨੇ ਆਪ ਹੀ ਰੱਦ ਕਰ ਦਿੱਤੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ મોદી ਸਾਹਿਬ ਜਿਹੜੀ ਵੀ ਕੰਮ ਕਰਦੇ ਨੇ ਉਹ ਲੋਕਤੰਤਰ ਪ੍ਰਣਾਲੀ ਦੀ ਥਾਂ ਦੇ ਉੱਤੇ ਤਾਨਾਸ਼ਾਹੀ ਵਾਲਾ ਰਵਈਆ ਜਿਹੜਾ ਜ਼ਿਆਦਾ ਅਪਣਾਉਣ ਨੂੰ ਦਾ ਯਤਨ ਕਰਦੇ ਨੇ ਜੀ ਸੋ ਇਸ ਕਰਕੇ ਇਹ ਜਿਹੜੀ ਗੱਲ ਹੈ ਉਹ 26 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਾਸਤੇ ਅਸੀਂ ਦੇਖ ਰਹੇ ਸੀ ਜੀ ਕਿ ਕੱਲ ਸ਼ਾਮ ਨੂੰ ਹੀ ਕੱਲ ਸਵੇਰੇ ਤੋਂ ਹੀ ਮਾਜੇ ਦੇ ਵਿੱਚੋਂ ਹਜ਼ਾਰ ਦੇ ਕਰੀਬ ਟਰਾਲੀਆਂ ਦੀਆਂ ਲਾਈਨਾਂ ਨਹੀਂ ਟੁੱਟ ਰਹੀਆਂ ਜਿਵੇਂ ਪਹਿਲਾਂ ਇਹ 26 ਨਵੰਬਰ ਨੂੰ ਗਏ ਸਨ ਨਾ ਉਸੇ ਤਰ੍ਹਾਂ ਉਹ ਕਹਿੰਦੇ ਬਰੇਗੰਡ ਬਣਾਉਣੀ ਹੈ ਤਾਂ ਲਗਾਤਾਰ ਆਪੋ ਆਪਣੇ ਪ੍ਰਬੰਧ ਕਰਕੇ ਕਿਸਾਨਾਂ ਦੇ ਕਾਫਲੇ ਦਿੱਲੀ ਵਾਲਨੂੰ ਚਾਲੇ ਪਾ ਦਿੱਤੇ ਨੇ ਉਦੋਂ ਬਾਅਦ ਕਿਸਾਨਾਂ ਨੇ ਰੇਲਾਂ ਪਰਗਾਂ ਜਾ ਰਹੀਆਂ ਨੇ ਜਿਹੜਾ ਵੀ ਸਾਧਨ ਜਿਹਨੂੰ ਮਿਲਦਾ ਹੈ ਉਹ ਸਾਧਨ ਤੇ ਬੈਠ ਕੇ ਉਹ ਦਿੱਲੀ ਦੇ ਬਾਡਰਾਂ ਵੱਲ ਨੂੰ ਜਾ ਰਹੇ ਆ ਹਰਿਆਣੇ ਵਾਲਿਆਂ ਨੇ ਵੀ ਜਾਣਾ ਯੂਪੀ ਤੋਂ ਵੀ ਆ ਰਹੇ ਨੇ ਤੇ ਵੱਖਰੇ ਵੱਖਰੇ ਹੋਰ ਰਾਜਾਂ ਤੋਂ ਵੀ ਕਿਸਾਨ ਉੱਥੇ ਪਹੁੰਚ ਰਹੇ ਨੇ ਬੇਤਰੇ ਹੈ ਕਿ 29 ਤੋਂ ਪਹਿਲਾਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਜਿਹੜੀਆਂ ਬਾਕੀ ਮੰਗਾ ਨੇ ਉਹ ਸਬੰਧ ਦੇ ਵਿੱਚ ਇੱਕ ਮੀਟਿੰਗ ਕਿਸਾਨਾਂ ਨਾਲ ਕਰ ਲੈਣ ਉਹਦੇ ਵਿੱਚ ਕੋਈ ਸਹਿਮਤੀ ਬਣਾ ਲਈ ਜਾਵੇ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਐਲਾਨ ਕੀਤਾ ਕਿ ਐਮਐਸਪੀ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਨਮਾਇंदे ਰਾਜਾਂ ਦੇ ਸਰਕਾਰਾਂ ਦੇ ਨਮਾਇंदे ਕਿਸਾਨ ਜਥੇਬੰਦੀਆਂ ਦੇ ਆਗੂ ਆਰਥਿਕ ਮਾਹਰ ਤੇ ਖੇਤੀ ਮਾਹਰ ਜੀ ਇਹ ਸਾਰੇ ਵਿੱਚ ਬੈਠਣਗੇ ਉਹ ਫਿਰ ਜਿਹੜਾ ਉਹਦੇ ਵਿੱਚੋਂ ਕੋਈ ਫੈਸਲਾ ਹੋਏਗਾ ਉਹਦੇ ਮੁਤਾਬਕ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇਗਾ ਬਿਰਕਲੇ ਲੱਗਦੇ ਹੱਥ ਪ੍ਰਧਾਨ ਮੰਤਰੀ ਸਾਹਿਬ ਨੇ ਜਿਨੇ ਹੋਰ ਕੰਮ ਕੀਤੇ ਨੇ ਇਹ ਵੀ ਨਾਲ ਦੀ ਨਾਲ ਇਹਨਾਂ ਨੂੰ ਵੀ ਅਪਣਾ ਲਿਆ ਜਾਵੇ ਤਾਂ ਚੰਗੇ ਜੀ ਬਿਲਕੁਲ ਪਰਚੇ ਰੱਦ ਕਰਨ ਦੀ ਮੰਗ ਵੀ ਉਠੀ ਹੋਈ ਹੈ ਵੱਖ-ਵੱਖ ਜਿਹੜੇ ਆਗੂ ਨੇ ਉਹ ਵੀ ਕਹਿੰਦੇ ਨੇ ਕਿ ਹੁਣ ਨਾਲ ਦੀ ਨਾਲ ਪਰਚੇ ਵੀ ਰੱਦ ਕਰ ਦੇਣੇ ਚਾਹੀਦੇ ਨੇ ਵਰਨ ਗਾਂਧੀ ਦਾ ਵੀ ਬੀਤੇ ਦਿਨੀ ਬਿਆਨ ਸੀ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇਲ ਸਾਹਿਬ ਬਿਰਕਲੇ ਵਰਨ ਗਾਂਧੀ ਨੇ ਨਹੀਂ ਦੇਖੀ ਸੰਜੁਕਤ ਕਿਸਾਨ ਮੋਰਚੇ ਨੇ ਵੀ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਹੂੰ ਸੰਯੁਕਤ ਕਿਸਾਨ ਮੋਰਚੇ ਨੇ ਉਹ ਚਿੱਠੀ ਲਿਖ ਕੇ ਬਕਾਇਦਾ ਮੰਗ ਕੀਤੀ ਹੈ ਕਿ ਜਿਹੜੀਆਂ ਬਾਕੀ ਮੰਗਾ ਰਹਿੰਦੀਆਂ ਨੇ ਉਹਦੇ ਵਾਸਤੇ ਤੁਸੀਂ ਸਾਨੂੰ ਸਮਾਂ ਦਿਓ ਹੂੰ ਜੇ ਤੁਸੀਂ ਨਹੀਂ ਬੈਠਣਾ ਤਾਂ ਤੁਸੀਂ ਆਪ ਦੇ ਕਿਸੇ ਨੁਮਾਇंदे ਦੀ ਡਿਊਟੀ ਲਾਓ ਜਿਹੜੀ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ ਹੂੰ ਸੋ ਮਸਲੇ ਤਾਂ ਗੱਲਬਾਤ ਰਾਹੀਂ ਸਿਰੇ ਚੜ੍ਹਨੇ ਨੇ ਤਾਂ ਉਮੀਦ ਹੈ ਕਿ ਜਿੰਮੇ ਵੱਡੇ ਦਿਲ ਦੇ ਨਾਲ ਇਹਨਾਂ ਨੂੰ ਰੱਦ ਕਰਨ ਵਾਲੇ ਪਾਸੇ ਨੇ ਤੁਰੇ ਨੇ ਤਾਂ ਪ੍ਰਧਾਨ ਮੰਤਰੀ ਸਾਹਿਬ ਅਗਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਮੰਗਾ ਨੇ ਉਨਾ ਉੱਤੇ ਵੀ ਕਿਸਾਨਾਂ ਦੇ ਨਾਲ ਬੈਠ ਕੇ ਕੋਈ ਨਾ ਕੋਈ ਫੈਸਲਾ ਕੋਈ ਲੜਾਈ ਫੈਸਲਾ ਕੋਈ ਗੱਲਬਾਤ ਕਰਨਗੇ ਲੜਾਈ ਨਹੀਂ ਫੈਸਲਾ ਕੋਈ ਗੱਲਬਾਤ ਕਰਨਗੇ ਜਿਹਦੇ ਵਿੱਚੋਂ ਇੱਕ ਵਧੀਆ ਸੁਨੇਹਾ ਆਵੇ ਤੇ ਕਿਸਾਨ ਵੀ ਆਪਣੇ ਕੰਮ ਲਗਨ ਵਾਪਸ ਪਰਤਨ ਜੀ ਟਲਸਾ ਪਟਿਆਲਾ ਦੇ ਵਿੱਚ ਮਾਹੌਲ ਗਹਿਮਾ ਗਹਿਮੀ ਵਾਲਾ ਹੋ ਗਿਆ ਨਗਰ ਨਿਗਮ ਦੇ ਵਿੱਚ ਪਹੁੰਚੇ ਸੀਗੇ ਕੈਪਟਨ ਅਮਰਿੰਦਰ ਸਿੰਘ ਬ੍ਰਹਮੇਂਦਰਾ ਪਹੁੰਚੇ ਸੀ ਮੇਅਰ ਸਾਹਿਬ ਪਹੁੰਚੇ ਸੀ ਇਸੇ ਦੇ ਚੱਲਦਿਆਂ ਹੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਗੇਟ ਤੋਂ ਬਾਹਰ ਹੀ ਰੋਕ ਲਈ ਗਈ ਅੰਦਰ ਤੱਕ ਪੈਦਲ ਚੱਲ ਕੇ ਆਏ ਕੈਪਟਨ ਅਮਰਿੰਦਰ ਸਿੰਘ ਦੂਜੇ ਪਾਸੇ ਬ੍ਰਹਮੇਂਦਰਾ ਆਪਣੀ ਗੱਡੀ ਦੇ ਵਿੱਚ ਅੰਦਰ ਬੈਠ ਕੇ ਆਏ ਕੈਪਟਨ ਸਾਹਿਬ ਨੂੰ ਪੈਦਲ ਤੁਰਨਾ ਪੈ ਗਿਆ ਬੜੇ ਗੱਡੀਆਂ ਦੇ ਵਿੱਚ ਘੁੰਮਦੇ ਸੀ ਇਸੇ ਦੇ ਚਲਦਿਆਂ ਹੀ ਕੌਂਸਲਰਾਂ ਨਾਲ ਧੱਕਾ ਮੁੱਕੀ ਵੀ ਕੀਤੀ ਗਈ ਆ ਮੇਰ ਸਾਹਿਬ ਖੁਦ ਲਾਈਵ ਹੁੰਦੇ ਨਜ਼ਰ ਆਏ ਨੇ ਦੇਖੋ ਜਦੋਂ ਸਰਕਾਰਾਂ ਬਦਲ ਜਾਣ ਰਾਜ ਭਾਗ ਬਦਲ ਜਾਣ ਹੂੰ ਉਦੋਂ ਫਿਰ ਸਾਰਾ ਕੁਝ ਬਦਲਦਾ ਹੈ ਹੂੰ ਇਹ ਜਿਹੜਾ ਕੁਝ ਅੱਜ ਇੱਥੇ ਵਾਪਰ ਰਿਹਾ ਹੈ ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ ਹਾਂ 2002 ਦੇ ਵਿੱਚ ਜਦੋਂ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਹਾਂ ਚੋਣਾਂ ਹੋਈਆਂ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਕਿ ਸਰਕਾਰ ਕਾਂਗਰਸ ਦੀ ਮਿਊਸਪਲਟੀ ਕਾਂਗਰਸ ਦੀ ਆਕਾਲੀ ਗਾਂਦੀ ਹਾਂ ਸਰਕਾਰ ਆਕਾਲੀਆਂ ਦੀ ਮਿਊਸਪਲਟੀ ਕਾਂਗਰਸ ਦੀ ਪਹਿਲੀ ਵਾਰ ਜੇ ਪੰਜਾਬ ਦੇ ਵਿੱਚ ਲੋਕਤੰਤਰ ਦਾ ਘਾਣ ਹੋਇਆ ਸੀ ਪਟਿਆਲੇ ਤੋਂ ਸ਼ੁਰੂਆਤ ਹੋਈ ਸੀ 2002 ਦੇ ਵਿੱਚ ਮਈ 2002 ਦੇ ਵਿੱਚ ਜੀ ਉਸ ਤੋਂ ਬਾਅਦ ਇਹੀ ਪਾਣਾ ਵਰਤਾਇਆ ਗਿਆ ਰਾਜਪੁਰਾ ਮਿਊਸਪਲਟੀ ਦੀਆਂ ਚੋਣਾਂ ਮਿਊਸਪਲ ਕਾਉਂਸਲ ਦੀਆਂ ਚੋਣਾਂ ਵਾਸਤੇ ਇਹ ਸ਼ੁਰੂਆਤ ਕੀਹਨੇ ਕੀਤੀ ਸੀ ਜੇ ਫਿਰ ਤੁਸੀਂ 21 22 ਦੂਜਿਆਂ ਨੂੰ ਉਹਨਾਂ ਨੇ 2007 ਚ 51 ਪਾਤੀ ਹੂੰ 2007 ਤੋਂ ਬਾਅਦ 2012 ਚ 51 ਛੱਡ ਕੇ ਉਹ ਆਪਣੀ ਉਹਨਾਂ ਨੇ ਫਿਰ 101 ਪਾਤੀ ਜੀ ਤੇ ਹੁਣ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਸੀ ਨਗਰ ਨਿਗਮ ਦੀਆਂ ਚੋਣਾਂ ਵੇਲੇ ਉਦੋਂ ਦਾ ਕੰਮ ਯਾਦ ਨਹੀਂ ਹਾਂ ਉਦੋਂ 151 ਇਹਨਾਂ ਨੇ ਪਾਈ ਸੀ ਹੁਣ ਉਸ 151 ਦੇ ਉਲਟ ਹਾਂ ਜਿਹੜੀ ਮੌਜੂਦਾ ਤਰਕਾਬ ਜੋ ਹੋ ਗਈ ਹੈ ਹਾਂ ਬ੍ਰਹਮੇਂਦਰਾ ਸਾਹਿਬ ਸਥਾਨਕ ਸਰਕਾਰਾਂ ਦੇ ਮੰਤਰੀ ਆ ਉਹਨਾਂ ਦਾ ਵਿਭਾਗ ਹੈ ਹੁਣ ਕੈਪਟਨ ਸਾਹਿਬ ਹੈਗੇ ਨੇ ਸਾਬਕਾ ਮੁੱਖ ਮੰਤਰੀ ਹਾਂ ਵੈਸੇ ਜਿਹੜਾ ਉਹਨਾਂ ਨੂੰ ਤੋੜ ਕੇ ਲਿਆਂਦਾ ਗਿਆ ਮੈਂ ਸਮਝਦਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਕੈਪਟਨ ਸਾਹਿਬ ਨੂੰ ਆਪਦਾ ਵੇਲਾ ਯਾਦ ਕਰਨਾ ਚਾਹੀਦਾ ਜਿਸ ਵੇਲੇ ਅਕਾਲੀਆਂ ਦੇ ਵਿੱਚ ਇੱਥੇ ਤੱਕਾ ਚਾਹੀ ਕੀਤੀ ਜਾ ਰਹੀ ਸੀ 2007 ਦੇ ਵਿੱਚ ਤਾਂ ਕਾਂਗਰਸ ਦੇ ਸ਼ਹਿਰ ਦੇ ਪ੍ਰਧਾਨ ਹੁੰਦੇ ਸੀ ਪ੍ਰੇਮ ਕਿਸ਼ਨ ਪੁਰੀ ਜੀ ਪ੍ਰੇਮ ਕਿਸ਼ਨ ਪੁਰੀ ਨੇ ਮਹਿਲ ਦੇ ਵਿੱਚ ਆ ਕੇ ਕੈਪਟਨ ਸਾਹਿਬ ਨੂੰ ਕੋਸਿਆ ਸੀ ਕਿ ਮਹਾਰਾਜਾ ਸਾਹਿਬ 2002 ਦੇ ਵਿੱਚ ਤੁਹਾਡੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਨੇ ਜਿਹੜਾ ਵਿਜਿਆ ਸੀ ਉਹ ਅੱਜ ਕਾਂਗਰਸੀਆਂ ਨੂੰ ਕੱਟਣਾ ਪੈ ਰਿਹਾ ਅਸੀਂ ਤੁਹਾਨੂੰ ਬਥੇਰੀਆਂ ਬੇਨਤੀਆਂ ਕੀਤੀਆਂ ਸੀ ਕਿ ਨਾ ਕਰੋ ਨਾ ਕਰੋ ਨਾ ਕਰੋ ਹਮ ਕਾਉਂਸਲਰ ਬਣ ਜਾਂਦੇ ਤਾਂ ਕਾਉਂਸਲਰਾਂ ਨੂੰ ਧੜੇ ਤੋਂ ਦੂਜੇ ਪਾਸੇ ਬਦਰਾਉਣਾ ਬੜਾ ਸੌਖਾ ਹੁੰਦਾ ਜੀ ਇਲੈਕਸ਼ਨਾਂ ਦੇ ਵਿੱਚ ਨਾ ਕਰੋ ਇੱਕ ਅਜੀਬ ਕਿਸਮ ਦਾ ਮਾਹੌਲ ਪੈਦਾ ਕਰਤਾ ਜੇ 35 ਵੀ ਜਿੱਤ ਜਾਂਦੇ ਤਾਂ ਵੀ ਤਾਂ ਮੇਅਰ ਜਿਹੜਾ ਸੀ ਉਹ ਕਾਂਗਰਸ ਦਾ ਹੀ ਬੰਨਾ ਸੀ ਹਮ ਕੁਝ ਖਾਸ ਲੋਕਾਂ ਨੂੰ ਜਿਤਾਉਣ ਵਾਸਤੇ ਉਹ ਸਾਰਾ ਕੁਝ ਕੀਤਾ ਗਿਆ ਜਿਹੜਾ ਕਿ ਗਲਤ ਹੋਇਆ ਫਿਰ ਇਹ ਮਾਹੌਲ ਉਸ ਤਰ੍ਹਾਂ ਦਾ ਬਣਦਾ ਗਿਆ ਅੱਜ ਜਿਹੜਾ ਕੁਝ ਕਹਿੰਦੇ ਆ ਵੀ ਜੈਸਾ ਕਰੋਗੇ ਤੈਸਾ ਵੱਡੋਗੇ ਅੱਜ ਕੈਪਟਨ ਸਾਹਿਬ ਉਹੀ ਵੱਡ ਰਹੇ ਨੇ ਜਿਹੜਾ ਉਹਨਾਂ ਨੇ ਦੂਜਿਆਂ ਨਾਲ ਕੀਤਾ ਸੀ ਜੇ ਨਾ ਕੀਤਾ ਹੁੰਦਾ ਤਾਂ ਚੰਗਾ ਸੀ ਜੀ ਪੰਜਾਬ ਦੇ ਵਿੱਚ ਬਹੁਤ ਸ਼ਾਂਤੀਪੂਰਵਕ ਵੋਟਾਂ ਪੈਂਦੀਆਂ ਸੀ ਜਾਂ ਤਾਂ ਚੋਣ ਕਮਿਸ਼ਨ ਦੇ ਨਾਲ ਬੈਠ ਕੇ ਇੱਕ ਗੱਲ ਨਿਬੇੜ ਲਓ ਹੂੰ ਕਿ ਸਾਰੀਆਂ ਚੋਣਾਂ ਇੱਕੋ ਵੇਲੇ ਹੋਣ ਹੂੰ ਪਰ ਪਿੰਡਾਂ ਦੀਆਂ ਪੰਚਾਇਤਾਂ ਵੀ ਜ਼ਿਲ੍ਹਾ ਪ੍ਰੀਸ਼ਦ ਵੀ ਨਗਰ ਕੌਂਸਲਾਂ ਵੀ ਨਗਰ ਪੰਚਾਇਤਾਂ ਵੀ ਨਗਰ ਨਿਗਮਾ ਵੀ ਹੂੰ ਤੇ ਜਾਂ ਫਿਰ ਇਹਦਾ ਢਾਂਚਾ ਕਰੋ ਬੰਦ ਇਹਨੂੰ ਨਾਮਿਨੇਟ ਕਰ ਦਿਓ ਹੂੰ ਨਾਮਿਨੇਸ਼ਨਾਂ ਕਰੋ ਨਾਮਿਨੇਟ ਕਰਕੇ ਇਹਨੂੰ ਨਾਮਜ਼ਦਗੀਆਂ ਕਰ ਦਿਓ ਇਹ ਸਿਆਪਾ ਨਾ ਪਵੇ ਅੱਜ ਜੋ ਹੋ ਰਿਹਾ ਹੈਗਾ ਲੋਕਤੰਤਰ ਦੇ ਉੱਤੇ ਜੇ ਪਹਿਲਿਆਂ ਨੇ ਕੀਤਾ ਤਾਂ ਦੂਜੇ ਸੁਧਾਰਨ ਵਾਲੇ ਪਾਸੇ ਨਹੀਂ ਲੱਗ ਰਹੇ ਉਲਟਾ ਉਸ ਤੋਂ ਵੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੀ ਅਗਲੇ ਸਮੇਂ ਦੇ ਵਿੱਚ ਜਿਹੜੇ ਆਮ ਲੋਕ ਹੈ ਉਹਨਾਂ ਦਾ ਮੋਹ ਤਾਂ ਪਹਿਲਾਂ ਹੀ ਭੰਗ ਹੋ ਗਿਆ ਅਗਲੇ ਸਮੇਂ ਦੇ ਵਿੱਚ ਹੋਰ ਮੋਹ ਪੰਗ ਹੋ ਜਾਵੇਗਾ ਇਹਨਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਾਂ ਪੰਚਾਇਤਾਂ ਦੀਆਂ ਚੋਣਾਂ ਵਾਸਤੇ ਕਿਸੇ ਨੇ ਬੋਡਰੀ ਪਾਉਣ ਵੀ ਜਿਹਦੀ ਸਰਕਾਰ ਹੈ ਤੁਸੀਂ ਆਪੇ ਨਾਮਜ਼ਦ ਕਰ ਲਓ ਨਾਲੇ ਤਾਂ ਫਿਰਕਿਆਂ ਦੇ ਵਿੱਚ ਲੋਕਾਂ ਦੇ ਵਿੱਚ ਵੱਖ-ਵੱਖ ਵਰਗਾਂ ਦੇ ਵਿੱਚ ਕੁੜਤਨਾ ਪੈਦਾ ਹੁੰਦੀਆਂ ਨੇ ਇਸ ਤੋਂ ਚੰਗਾ ਹੀ ਇਹ ਹੈ ਕਿ ਆਪਦੇ ਆਪ ਦੇ ਨਾਮਜ਼ਦ ਕਰੋ ਤੇ ਲੋਕ ਭਾਣਾ ਵਰਤਣਾ ਥੋੜਾ ਮੰਨ ਲੈਣ ਕਿ ਜਿਹਦੀ ਸਰਕਾਰ ਆਵੇਗੀ ਉਹ ਆਪਣਾ ਆਪ ਬਣਾ ਲਵੇਗਾ ਸੋ ਅੱਜ ਜਿਹੜਾ ਕੁਝ ਹੋ ਰਿਹਾ ਹੈ ਦਾਅਵੇ ਦੋਨਾਂ ਪਾਸਿਆਂ ਤੋਂ ਚਿਤਾਏ ਜਾ ਰਹੇ ਨੇ ਕਿ ਸਾਡੇ ਕੋਲੇ ਅੰਕੜਾ ਵੱਧ ਹੈ ਉਹ ਕਹਿੰਦਾ ਸਾਡੇ ਕੋਲੇ ਅੰਕੜਾ ਵੱਧ ਹੈ ਜੇ ਦੇਖਿਆ ਜਾਵੇ ਤਾਂ 27 ਦੇ ਕਰੀਬ ਜਿਹੜੇ ਵਿਧਾਇਕ ਕਾਉਂਸਲਰ ਨੇ ਉਹ ਪਟਿਆਲਾ 2 ਨਾਲ ਬ੍ਰਹਮਿੰਦਰਾ ਸਾਹਿਬ ਦੇ ਜਿਹੜਾ ਆਪਣਾ ਖੇਤਰ ਹੈ ਵਿਧਾਨ ਸਭਾ ਹਲਕਾ ਹੈ ਉਹਦੇ ਨਾਲ ਸੰਬੰਧਿਤ ਨੇ ਤੇ ਟੋਟਲ ਹੈਗੇ ਨੇ 60 60ਾਂ ਦੇ ਵਿੱਚੋਂ ਇੱਕ ਅਕਾਲੀ ਦਲ ਦਾ ਜੀ ਜਿਹੜੀ ਉਹ ਜੋਨੀ ਕੋਲੀ ਦੀ ਕਰ ਧਰਮ ਪਤਨੀਆਂ ਬਾਕੀ 59 ਨੇ ਜੇ 27 ਉਧਰ ਨੇ ਤਾਂ 32 ਸ਼ਹਿਰ ਵਾਲੇ ਪਾਸੇ ਨੇ 32 ਜੋ ਮੈਨੂੰ ਪਤਾ ਲੱਗਿਆ ਕਿ ਕੁਝ ਕਾਉਂਸਲਰ ਜਿਹੜੇ ਉਹ ਖਸਕਾਲੇ ਨੇ ਦੂਜਿਆਂ ਨੇ ਹਾਕਮ ਧਿਰ ਆਲੇ ਪਾਸਿਓ ਸੋ ਉਹਨਾਂ ਦੇ ਵਿੱਚੋਂ ਜਿਵੇਂ ਆਪਾਂ ਦੇਖ ਰਹੇ ਸੀ ਕਿ ਜੋਗਿੰਦਰ ਸਿੰਘ ਯੋਗੀ ਜਿਹੜੇ ਸੀਨੀਅਰ ਉਪ ਮੇਅਰ ਨੇ ਉਹਨਾਂ ਨੇ ਪਾਸਾ ਬਦਲ ਲਿਆ ਨਾਲ ਦੀ ਨਾਲ ਉਹ ਹੁਣ ਬਿਹਾਰ ਦੇ ਕੈਂਡੀਡੇਟ ਬਣੇ ਹੋਏ ਨੇ ਪੂਰੇ ਤੇ ਕੁਰਸੀ ਤੇ ਜਾ ਕੇ ਪਹਿਲੇ ਹੀ ਬੈ ਗਏ ਸੀਗੇ ਜਦੋਂ ਇਹਨਾਂ ਦਾ ਆਪਸ ਵਿੱਚ ਦੀ ਤਕਰਾਰ ਹੋਇਆ ਹੈ ਨਾ ਵੀਜੇ ਕੁੱਕਾ ਸਾਹਿਬ ਦੀ ਗੱਲ ਕੀਤੀ ਜਾ ਰਹੀ ਸੀ ਕਿ ਵੀਜੇ ਕੁੱਕਾ ਸਾਹਿਬ ਦੂਜੇ ਪਾਸੇ ਤੁਰੇ ਫਿਰਦੇ ਆ ਵੀਜੇ ਕੁੱਕਾ ਸਾਹਿਬ ਦੀ ਮਜਬੂਰੀ ਬਣ ਜਾਣੀ ਹੈ ਜਾਂ ਤਾਂ ਉਧਰਲੇ ਪਾਸੇ ਤੇ ਨਹੀਂ ਫਿਰ ਉਹ ਸ਼ਰਾਬ ਦੇ ਠੇਕੇਦਾਰ ਵੀ ਵੱਡੇ ਆ ਫਿਰ ਆਕਸਾਈਜ ਵਾਲਾ ਕੰਮ ਉਧਰੋਂ ਆ ਜਾਣਾ ਅਜੇ ਤਾਂ ਸਮਾਪੇ ਹੈ 31 ਮਾਰਚ ਤੱਕ ਤਾਂ 4 ਮਹੀਨੇ ਪਏ ਨੇ ਸੋ ਇਹ ਜਿਹੜੇ ਕਾਉਂਸਲਰ ਸੀ ਇਹ ਕਾਰੋਬਾਰੀ ਵੀ ਬਣ ਗਏ ਠੇਕੇਦਾਰ ਵੀ ਬਣ ਗਏ ਇਸੇ ਕਰਕੇ ਤਾਂ ਟੈਲਾਂ ਦੇ ਮਾਮਲੇ ਦੇ ਵਿੱਚ ਹੋਰ ਕਈ ਕਿਸਮ ਦੇ ਮਾਮਲਿਆਂ ਦੇ ਵਿੱਚ ਬਹੁਤ ਕੁਝ ਇੱਥੇ ਜਿਹੜੀਆਂ ਅਸਲ ਮੰਗਾਂ ਸੀਗੀਆਂ ਉਹ ਮੰਗਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਨਾ ਤਾਂ ਪੀਣ ਵਾਲਾ ਪਾਣੀ ਆਇਆ ਜੀ ਨਾ ਬੱਸ ਸਟੈਂਡ ਦਾ ਮਸਲਾ ਅਜੇ ਤੱਕ ਹੱਲ ਹੋਇਆ ਅਜੇ ਸਾਰੀ ਅਧੀਨ ਹੈ ਨਾ ਪਟਿਆਲੇ ਦੀਆਂ ਡੇਰੀਆਂ ਬਾਹਰ ਕੱਟਣ ਦੇ ਵਿੱਚ ਇਹਨਾਂ ਤੋਂ ਕੋਈ ਕੰਮ ਹੋਇਆ ਇਹ ਜਿਹੜਾ ਕੁਝ ਅੱਜ ਕਰ ਕਰ ਪਏ ਨੇ ਆਖਰੀ ਸਾਲ ਦੇ ਵਿੱਚ ਆ ਕੇ ਪਹਿਲੇ ਸਾਲਾਂ ਦੇ ਵਿੱਚ ਕਿਹੜੀ ਬਿੱਲੀ ਛੱਕ ਗਈ ਸੀ ਇਹਨਾਂ ਨੂੰ ਇਹ ਪਹਿਲੇ ਸਾਲਾਂ 'ਚ ਹੁਣ ਤੱਕ ਕੀਤਾ ਹੁੰਦਾ ਜੇ ਕੇਸ ਕੁਝ ਵੀ ਹੋਣੇ ਹੁੰਦੇ ਹੁਣ ਤੱਕ ਨਿਬੜ ਜਾਂਦੇ ਉਦੋਂ ਸਰਕਾਰਾਂ ਸੁੱਤੀਆਂ ਪਈ ਰਹੀਆਂ ਕੈਪਟਨ ਸਾਹਿਬ ਪਹਾੜੀ ਚੜ ਕੇ ਸੌਗੇ ਤੇ ਹੁਣ ਜੋਗੀ ਉੱਤਰ ਪਹਾੜੋਂ ਆਏ ਸੋ ਅੱਜ ਜਿਹੜਾ ਕੁਝ ਉਹਨਾਂ ਨਾਲ ਵਾਪਰ ਰਿਹਾ ਕਿ ਮੁੱਖ ਸਭ ਦਾ ਮੁੱਖ ਮੰਤਰੀ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਸਾਰਾ ਕੁਝ ਉਹਨਾਂ ਦੇ ਸਲਾਹਕਾਰਾਂ ਨੇ ਉਹਨਾਂ ਤੋਂ ਕਰਵਾਇਆ ਸੀ ਜੇ 2000 ਦੇ ਵਿੱਚ ਇਹ ਨਾ ਕੀਤਾ ਹੁੰਦਾ ਤਾਂ ਅੱਜ ਵੱਡਣਾ ਨਾ ਪੈਂਦਾ ਜੀ ਚੋਲੂ ਸਾਹਿਬ ਨਾਲ ਹੀ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਨੋਟਿਸ ਭੇਜਿਆ ਗਿਆ ਹੈ ਪੰਜਾਬ ਮਾਮਲਾ ਦੇ ਇੰਚਾਰਜ ਨੇ ਹਰੀਸ਼ ਚੌਧਰੀ ਉਹਨਾਂ ਨੇ ਨੋਟਿਸ ਭੇਜਿਆ ਹੈ ਕੀ ਕੁਝ ਖਾਸ ਰਿਹਾ ਇਸ ਨੋਟਿਸ ਦੇ ਵਿੱਚ ਕਿਉਂ ਭੇਜਿਆ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਲਈ ਹੂੰ ਜਿੱਤੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਂ ਤੇ ਉੱਤੇ ਹੂੰ ਭਾਵੇਂ ਕੈਪਟਨ ਸਾਹਿਬ ਸੀ ਭਾਵੇਂ ਬੀਬੀ ਪਰਨੀਤ ਕੌਰ ਸੀਗੇ ਜੀ ਹੁਣ ਜਦੋਂ ਉਹ ਕਹਿੰਦੀ ਵੀ ਮੈਂ ਆਪਦੇ ਪਰਿਵਾਰ ਨਾਲ ਖੜੂੰਗੀ ਹੂੰ ਪਰਿਵਾਰ ਕੌਣ ਉਹਨਾਂ ਦੇ ਧਰਮਪਤੀ ਕੈਪਟਨ ਅਵਰਿੰਦਰ ਸਿੰਘ ਜਦੋਂ ਉਹਨਾਂ ਨਾਲ ਖੜਨ ਦੀ ਗੱਲ ਕਰਤੀ ਤਾਂ ਫਿਰ ਕਾਂਗਰਸ ਦੇ ਤਾਂ ਉਲਟ ਗਤੀਵਿਧੀਆਂ ਹੋ ਗਈਆਂ ਨਾ ਬਿਲਕੁਲ ਇਸ ਕਰਕੇ ਉਹਨਾਂ ਨੇ ਬੀਬੀ ਪਰਨੀਤ ਕੌਰ ਨੂੰ ਨੋਟਿਸ ਭੇਜਤਾ ਵੀ ਸੱਤਾਧਰਨਾ ਚ ਦਿਓ ਜਵਾਬ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹੋ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਨੇ ਜਿਹੜੀਆਂ ਬਹੁਤ ਉਹਦਾ ਇਹਨਾਂ ਨੇ 7 ਦਿਨਾਂ ਚ ਜਵਾਬ ਦੇਣਾ ਕਿ ਜਿਹੜੇ 50 ਮਾਮਲਿਆਂ ਦੇ ਇੰਚਾਰਜ ਨੇ ਹਰੀਸ਼ ਚੌਧਰੀ ਉਹਨਾਂ ਦੀ ਜਿਹੜੇ 7 ਦਿਨਾਂ ਦੀ ਦੇ ਵਿੱਚ ਜਵਾਬ ਭੇਜਣਗੇ ਉਹ ਤੋਂ ਸਤਿਸ਼ਟ ਹੁੰਦੇ ਨੇ ਜਾਂ ਉਹਨਾਂ ਨੂੰ ਦੁਬਾਰਾ ਨੋਟਿਸ ਭੇਜਿਆ ਜਾਂਦਾ ਪਰ ਇੱਕ ਗੱਲ ਬੜੀ ਸਾਫ਼ ਸੁਥਰੀ ਹੋ ਚੁੱਕੀ ਹੈ ਕਿ ਬੀਬੀ ਪ੍ਰਨੀਤ ਕੌਰ ਜਿਹੜੇ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਜਾਣਗੇ ਜੇ ਅਲੱਗ-ਅਲੱਗ ਜਾਂਦੇ ਨੇ ਮੇਰਾ ਖਿਆਲ ਹੈ ਕਿ ਉਹ ਐਥਿਕਸ ਦੇ ਮੁਤਾਬਕ ਸਹੀ ਵੀ ਨਹੀਂ ਹੁੰਦਾ ਜਿਸ ਕਰਕੇ ਕਾਂਗਰਸ ਦਾ ਉਹਨਾਂ ਨੂੰ ਨੋਟਿਸ ਭੇਜਣਾ ਸੁਭਾਵਿਕ ਹੈ ਜੀ ਟਲੋਸਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਲੋਕਾਂ 'ਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਵੀ ਉਹ ਫਿਰੋਜ਼ਪੁਰ ਪਹੁੰਚੇ ਨੇ ਤੇ ਨਾਲੇ ਬਾਗਾ ਪੁਰਾਣਾ ਵਿਖੇ ਪਹੁੰਚੇ ਨੇ ਉੱਥੇ ਉਹਨਾਂ ਨੇ ਰੈਲੀਆਂ ਨੂੰ ਸੰਬੋਧਨ ਕੀਤਾ ਵੱਡੇ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ ਤੇ ਇਸੇ ਦੇ ਚੱਲਦਿਆਂ ਹੀ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ ਦੇਖੋ ਜਥੇਬੰਦੀਆਂ ਦਾ ਸੰਵਿਧਾਨਕ ਖੇਤਰ ਦੇ ਵਿੱਚ ਰਹਿ ਕੇ ਵਿਰੋਧ ਕਰਨਾ ਉਹ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਲੋਕਤੰਤਰ ਦੇ ਵਿੱਚ ਇਹ ਹੋ ਸਕਦਾ ਹੈ ਹਮ ਪਰ ਇਹਨਾਂ ਜਥੇਬੰਦੀ ਵਾਲਿਆਂ ਨੂੰ ਵੀ ਕੁਝ ਨਾ ਕੁਝ ਇਹ ਉਦੋਂ ਜਾ ਕੇ ਵਾਪਰਦਾ ਇਹਦਾ ਅਸਲ ਕਾਰਨ ਪਿੱਛੇ ਕੀ ਹੈ ਕਿ ਰਾਸਸੀ ਆਗੂ ਜਦੋਂ ਕੁਰਸੀ ਪ੍ਰਾਪਤ ਕਰਨੀ ਹੁੰਦੀ ਹੈ ਤਾਂ ਅਜਿਹਾਂ ਅਜਿਹੇ ਬਾਦੇ ਲੋਕਾਂ ਦੇ ਨਾਲ ਕਰ ਲੈਂਦੇ ਨੇ ਜਿਹੜੇ ਖਜ਼ਾਨੇ ਦੇ ਮੁਤਾਬਕ ਆਰਥਿਕਤਾ ਦੇ ਮੁਤਾਬਕ ਸਹੀ ਨਹੀਂ ਹੁੰਦੇ ਹੂੰ ਜਦੋਂ ਵੀ ਜੇ ਚੋਣ ਮਨੋਰਥ ਪੱત્રਾਂ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਜਾਵੇ ਤਾਂ ਮੈਂ ਸਮਝਦਾ ਕਿ ਉਹਦੇ ਫਿਰ ਇਹ ਇਸ ਤਰ੍ਹਾਂ ਦੇ ਵਾਦੇ ਨਹੀਂ ਕਰਨਗੇ ਜਿਹੜੇ ਪੂਰੇ ਕੀਤੇ ਨਾ ਜਾਣ ਹੁਣ ਭਾਵੇਂ ਚਰਜੀ ਸੁਚੰਨੀ ਹੋਣ ਆਏ ਨੇ ਪਰ ਵਾਦੇ ਤਾਂ ਕਾਂਗਰਸ ਪਾਰਟੀ ਨੇ ਕੀਤੇ ਸੀ ਨਾ ਜੀ ਕਾਂਗਰਸ ਪਾਰਟੀ ਨੇ ਜਿਹੜੇ ਵਾਦੇ ਕੀਤੇ ਉਹਦੇ ਮੁਤਾਬਕ ਉਹ ਪੂਰੇ ਨਹੀਂ ਉਤਰ ਸਕਦੇ ਇਹਨਾਂ ਨੇ ਜਿੰਨੀਆਂ ਦੁਕਾਨਾਂ ਇੱਥੇ ਖੋਲ੍ਹਤੀਆਂ ਸਿੱਖਿਆ ਦੇ ਨਾਂ ਦੇ ਉੱਤੇ ਉਹ ਦੁਕਾਨਾਂ ਦੇ ਵਿੱਚ ਸਰਮਾਇਅਦਾਰੀ ਭਾਰੂ ਹੋ ਗਈ ਹੈ ਇਹ ਵਿਚਾਰੇ ਬੱਚੇ ਆ ਜਿਹੜੇ ਉਹ ਸੜਕਾਂ ਤੇ ਧੱਕੇ ਖਾਂਦੇ ਤੁਰੇ ਫਿਰਦੇ ਆ ਹੂੰ ਕਿਹਾ ਸੀ ਘਰ-ਘਰ ਰੁਜ਼ਗਾਰ ਦੇਵਾਂਗੇ ਕੈਪਟਨ ਅਮਰਿੰਦਰ ਸਿੰਘ ਨੇ ਹੂੰ ਗੁਟਕਾ ਸਾਹਿਬ ਦੀ ਸੋਚ ਚੱਕ ਕੇ ਖਾ ਉਹ ਕੀਤੇ ਹੂੰ ਇਹ ਕਿਹਾ ਸੀ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਅੱਜ ਪੰਜਾਬ ਬਸ ਸਿਆਣੂ ਪੁੱਛ ਲਓ ਵੀ ਉਹ ਕੀ ਚਾਹੁੰਦਾ ਹੈ ਹੂੰ ਜੇ ਓਵਰਡੇ ਕੀਤੇ ਜਾਂਦੇ ਜਿਹੜੇ ਪੂਰੇ ਹੋ ਸਕਦੇ ਸੀ ਤੁਹਾਨੂੰ ਕੁਰਸੀ ਨਾ ਮਿਲਦੀ ਵੱਧ ਤੋਂ ਵੱਧ ਗਲਤ ਇਹਨਾਂ ਸੀ ਕਿਉਂਕਿ 10 ਸਾਲ ਸਤਾ ਰਹੀ ਅਕਾਲੀ ਭਾਜਪਾ ਕੋਲੇ ਤੇ ਕਾਂਗਰਸੀ ਬੜੇ ਤਰਲੋਮੱਛੀ ਹੋਏ ਸੀ ਵੀ ਕੋਈ ਵੀ ਤਰੀਕੇ ਦੇ ਨਾਲ ਸਾਡੀ ਸਰਕਾਰ ਬਣ ਜਾਵੇ ਜਿਵੇਂ ਹੁਣ ਅਕਾਲੀ ਤਰਲੋਮੱਛੀ ਹੋਏ ਫਿਰਦੇ ਨੇ ਵਿਰੋਧ ਉਹਨਾਂ ਦਾ ਵੀ ਹੋ ਰਿਹਾ ਵੱਡੀ ਪੱਧਰ ਤੇ ਉੱਤੇ ਪਰ ਜਿਹੜੀਆਂ ਇਹ ਜਥੇਬੰਦੀਆਂ ਨੇ ਇਹਨਾਂ ਨੂੰ ਵੀ ਥੋੜਾ ਬਹੁਤਾ ਠਰਮੇ ਤੋਂ ਕੰਮ ਲੈਣਾ ਚਾਹੀਦਾ ਹੈ ਇਹ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਮੀਟਿੰਗ ਹੈ ਮੁੱਖ ਮੰਤਰੀ ਦੇ ਨਾਲ 29 ਤਰੀਕ ਦੀ ਨਿਰਧਾਰਤ ਕਰ ਦਿੱਤੀ ਗਈ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਆ ਕਿ 1 ਲੱਖ ਨੂੰ ਅਸੀਂ ਨੌਕਰੀ ਦੇਵਾਂਗੇ ਆਹ ਦੁਕਾਨਾਂ ਬੰਦ ਕਰੋ ਜਿਹੜਾ ਨੇ ਜਿਹੜਾ ਬੰਦਾ ਮੈਨੂੰ ਸਮਝ ਤੋਂ ਬਾਹਰ ਦੀ ਗੱਲ ਹੈ ਮੈਂ ਇਹਨਾਂ ਬੱਚੇ ਸਾਡੇ ਨੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਹੂੰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵੀ ਅਧਿਆਪਕ ਤੁਸੀਂ ਕਿੱਥੋਂ ਬਣ ਗਏ ਤੁਸੀਂ ਬੀਐਡ ਕਰ ਲਈ ਉਹ ਤਾਂ ਲੱਖਾਂ ਨੇ ਕੀਤੀ ਹੋਈ ਹੈ ਉਦੋਂ ਤੱਕ ਤੁਸੀਂ ਜਦੋਂ ਤੱਕ ਤੁਸੀਂ ਅਧਿਆਪਕ ਭਰਤੀ ਨਹੀਂ ਹੁੰਦੇ ਉਦੋਂ ਤੱਕ ਅਧਿਆਪਕ ਬਣ ਕਿੱਥੇ ਗਏ ਹੂੰ ਸਿੱਖਿਆ ਦਾ ਬੇੜਾ ਗਰਕ ਹੋ ਰਿਹਾ ਹੈ ਐਵੇਂ ਬੰਦੇ ਤੋਂ ਚਿੱਠੀ ਨਹੀਂ ਲਿਖੀ ਜਾਂਦੀ ਪੰਜਾਬੀ ਦੇ ਵਿੱਚ ਹੂੰ ਜਿਵੇਂ ਉੱਥੇ ਦਿੱਲੀ ਦੇ ਵਿੱਚ ਸਰਸੇ ਤੋਂ ਲਿਖਾਈ ਗਈ ਸੀ ਹੂੰ ਸੋ ਮਿਆਰ ਸਿੱਖਿਆ ਦਾ ਕਿਹਦੇ ਪਾਸੇ ਨੂੰ ਜਾ ਰਿਹਾ ਪਿਆ ਪੰਜਾਬ ਦੀ ਸਥਿਤੀ ਸਿੱਖਿਆ ਦੇ ਵਿੱਚ 14ਵੇਂ 15ਵੇਂ ਸਥਾਨ ਤੇ ਖਿਸਕ ਗਈ ਹੈ ਉਹਦਾ ਜਵਾਬ ਮੰਗੋ ਇਹਨਾਂ ਤੋਂ ਸੋ ਇਹ ਸਾਡੇ ਬੱਚੇ ਕਿਉਂ ਸੜਕਾਂ ਤੇ ਆਏ ਨੇ ਇਹਦੇ ਲਈ ਰਾਜਸੀ ਲੋਕ ਜ਼ਿੰਮੇਵਾਰ ਨੇ ਰਾਜਸੀ ਲੋਕਾਂ ਨੂੰ ਹੁਣ ਸਮਾਂ ਆ ਗਿਆ ਬਾਅਦ ਇਹ ਉਨੇਕ ਕਰੋ ਜਿਹੜੇ ਪੂਰੇ ਕਰ ਸਕਦੇ ਹੋ ਫਿਰ ਜੇ ਇਸੇ ਤਰ੍ਹਾਂ ਬਾਧਾ ਖਲਾਫੀ ਕਰਦੇ ਰਹੋਗੇ ਤੇ ਲੋਕਾਂ ਦੇ ਵਿੱਚ ਰੋਸ ਜਾਗਣਾ ਸੁਭਾਅਕ ਜੀ ਟਲਸਾਬ ਬਿਲਕੁਲ ਦੂਜੀ ਗੱਲ ਜਿਹੜੀਆਂ ਦੋ ਉੱਥੇ ਰੈਲੀਆਂ ਹੋਈਆਂ ਨੇ ਉਹਦੇ ਵਿੱਚ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਗਏ ਨੇ ਉਹ ਵੀ ਅੱਜ ਉੱਥੇ ਇਹੀ ਗੱਲ ਕਹਿ ਕੇ ਆਏ ਨੇ ਕਿ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ ਮੈਂ ਉਹਦੇ ਤੇ ਡਟ ਕੇ ਪਹਿਰਾ ਦੇਵਾਂਗਾ ਵੀ ਕਰਜ਼ਾ ਕਿਵੇਂ ਲਾਉਣਾ ਹੈ ਕਿਵੇਂ ਸਰਕਾਰੀ ਖਜ਼ਾਨੇ ਚ 2 ਰੁਪਏ ਲਿਉਣੇ ਨੇ ਉਸ ਤਰੀਕੇ ਤੇ ਕੰਮ ਕਰਾਂਗੇ ਉਹ ਉਹਨਾਂ ਨੇ ਉੱਥੇ ਇਸ ਤਰ੍ਹਾਂ ਦੇ ਵੱਡੇ ਐਲਾਨ ਕੀਤੇ ਨੇ ਬਾਗੇਪੁਰਾਣੀ ਦੀ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਫੇਰ ਹਾਂ ਜਿਹੜੇ ਦਰਸ਼ਨ ਸਿੰਘ ਬਰਾੜ ਨੇ ਕਾਂਗਰਸ ਦੇ ਵਿਧਾਇਕ ਉੱਥੋਂ ਦੇ ਜੀ ਉਹਨਾਂ ਨੂੰ ਖੜੇ ਕਰਕੇ ਕਹਿਤਾ ਕਿ ਬਾਪੂ ਹੈ ਅਗਲੇ ਇਲੈਕਸ਼ਨ ਦੇ ਵਿੱਚ ਫੇਰ ਕਾਇਮ ਹੋ ਜਾ ਭਾਪ ਇਸ਼ਾਰਾ ਕਰਤਾ ਕਿ ਦਰਸ਼ਨ ਸਿੰਘ ਬਰਾੜ ਹੀ ਇੱਥੋਂ ਬਾਗੇਪੁਰਾਣੇ ਤੋਂ ਚੋਣ ਲੜਨਗੇ ਵੀ ਹਾਲੇ ਮੁੰਡਾ ਜਿਹੜਾ ਹੈਗਾ ਉਹਨਾਂ ਦਾ ਉਹਦਾ ਨਾਂ ਨਹੀਂ ਉਹ ਬਾਤ ਚ ਦਰਸ਼ਨ ਸਿੰਘ ਬਰਾੜ ਨੂੰ ਪਹਿਲ ਦਿੱਤੀ ਜਾਊਗੀ ਸੋ ਇਸੇ ਤਰ੍ਹਾਂ ਜਿਹੜਾ ਫਿਰੋਜ਼ਪੁਰ ਦੀ ਰੈਲੀ ਹੋਈ ਆ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਬੰਚ ਦੇ ਉੱਤੇ ਸਾਬਕਾ ਖੇਡ ਮੰਤਰੀ ਰਾਣਾ ਗੁਰਬੀਰ ਸਿੰਘ ਸੋਢੀ ਵੀ ਜਿਹੜੇ ਕੈਪਟਨ ਸਾਹਿਬ ਦੇ ਬੜੇ ਨਜ਼ਦੀਕੀਆਂ ਤੋਂ ਸਮਝੇ ਜਾਂਦੇ ਸੀ ਉਹ ਵੀ ਖੜੇ ਨਜ਼ਰ ਆ ਰਹੇ ਨੇ ਇਹ ਚੋਣਾਂ ਦਾ ਐਲਾਨ ਹੋਣ ਦਿਓ ਉਸ ਤੋਂ ਬਾਅਦ ਜਿੰਨਿਆਂ ਨੂੰ ਕਾਂਗਰਸ ਨੇ ਟਿਕਟਾਂ ਨਾ ਦਿੱਤੀਆਂ ਫਿਰ ਉਹ ਸਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾfte ਸਵਾਰ ਹੋਣਾ ਹੈ ਅੱਗੇ ਕਿਹੜੀ ਕੜੀ ਪੱਕਦੀ ਹੈ ਇਹ ਸਮਾਂ ਦੱਸੇਗਾ ਅਕਾਲੀ ਭਾਜਪਾ ਅਕਾਲੀ ਦਲ ਆਪਣੇ ਬਹੁਤ ਸਾਰੇ ਸਮੱਸਿਆਵਾਂ ਦੇ ਵਿੱਚ ਉਲਝਾਤ ਰਿਆ ਫਿਰਦਾ ਹੈਗਾ ਬਹੁਤ ਜਾਂ ਸਮਾਜ ਪਾਰਟੀ ਨਾਲ ਸਮਝੌਤਾ ਕੀਤਾ ਫੁੱਟਬਾਲ ਮੰਗੂ ਉਹਨਾਂ ਨੂੰ ਠੇਡੇ ਤੇ ਠੇਡਾ ਮਾਰੀ ਜਾਂਦੇ ਨੇ ਸੋ ਅਜੇ ਪੰਜਾਬ ਦੀ ਜਿਹੜੀ ਸਿਆਸੀ ਤਸਵੀਰ ਹੈ ਉਹ ਧੁੰਦਲੀ ਨਜ਼ਰ ਆ ਰਹੀ ਹੈ ਕਿਤੇ ਇਹ ਨਾ ਹੋਵੇ ਕਿ ਇੱਥੇ ਜਿਹੜੀ ਆ ਹੰਗ ਕਿਸੇ ਨੂੰ ਬਹੁਤ ਨਾ ਮਿਲੇ ਅਜੇ ਕੁਝ ਵੀ ਕਹਿਣਾ ਅਸੰਭਵ ਹੈ ਚੋਣ ਜਾਬਤੇ ਤੋਂ ਬਾਅਦ ਜਦੋਂ ਚੋਣਾਂ ਦਾ ਬੁਖਾਰ ਚੜੇਗਾ ਚੋਣ ਮદાન ਭखेਗਾ ਉਸ ਤੋਂ ਬਾਅਦ ਕੁਝ ਕਹਿ ਸਕਣਾ ਸੰਭਵ ਹੋਵੇਗਾ ਜੀ ਸਰ ਬੀਡੀ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਈਡੀ ਵੱਲੋਂ ਹੀ ਸੁਖਪਾਲ ਖੈਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਸੇ ਦੇ ਚੱਲਦਿਆਂ ਹੁਣ ਈਡੀ ਵੱਲੋਂ ਪੰਜਾਬ ਦੇ ਵਿੱਚ 8 ਵੱਡੇ ਘਰਾਣਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਛਾਪੇਮਾਰੀ ਕੀਤੀ ਗਈ ਹੈ ਦੇਖੋ ਚੋਣਾਂ ਦਾ ਜਦੋਂ ਮੌਕਾ ਆ ਜਾਂਦਾ ਨਾ ਜਿਹੜੇ ਇਹ ਜਿਨ੍ਹਾਂ ਨੂੰ ਸਿਆਸੀ ਲੋਕ ਹਮ ਜਿਹੜੇ ਕੇਂਦਰ ਦੇ ਵੱਡੇ ਮੈਕਮੇ ਨੇ ਖਾਸ ਕਰ ਸੀਬੀਆਈ ਹਮ ਖਾਸ ਕਰ ਸੀਬੀਆਈ ਹਮ ਅ ਇਨਕਮ ਟੈਕਸ ਹਮ ਈਡੀ ਐਨਆਈਏ ਇਹਨਾਂ ਨੂੰ ਕਿਹਾ ਗਿਆ ਕਿ ਇਹ ਕੇਂਦਰ ਦੇ ਸਰਕਾਰ ਦੇ ਤੋਤੇ ਨੇ ਜਿਵੇਂ ਪੰਜਾਬ ਸਰਕਾਰ ਦਾ ਤੋਤਾ ਵਿਜੀਲੈਂਸ ਵਗੈਰਾ ਹੋ ਗਿਆ ਹਮ ਈਡੀ ਨੇ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ ਉਹਨਾਂ ਦੀ ਟੀਮ ਨੇ ਅੱਜ 8 ਘਰਾਣਿਆਂ ਤੇ ਵੱਖਰੇ ਵੱਖਰੇ ਦੇ ਉੱਤੇ ਛਾਪੇ ਵੱਡਿਆਂ ਦੇ ਬਾਰੇ ਆ ਜੀ ਜਿਹੜਾ ਸਭ ਤੋਂ ਵੱਡਾ ਛਾਪਾ ਵੱਜਿਆ ਉਹ ਵੱਜਿਆ ਫਾਸਟ ਵੇ ਨੈਟਵਰਕ ਦੇ ਜਿਹੜੇ ਮੁਖੀ ਨੇ ਗੁਰਦੀਪ ਸਿੰਘ ਲੁਧਿਆਣਾ ਹੋਰੀ ਹਾਂ ਉਹਨਾਂ ਦੇ ਉੱਤੇ ਛਾਪਾ ਉਹਨਾਂ ਦੇ ਵੱਖ-ਵੱਖ ਦਫ਼ਤਰਾ ਦੇ ਉੱਤੇ ਛਾਪੇਮਾਰੀ ਕਰਕੇ ਜਾਂਚ ਕੀਤੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਅੱਜ ਇਸ ਦਾ ਸਵਾਗਤ ਕੀਤਾ ਉਹ ਕਹਿੰਦੇ ਵੀ ਮੈਂ ਤਾਂ ਜਦੋਂ ਮੰਤਰੀ ਸੀ ਉਦੋਂ ਦਾ ਕਹਿ ਰਿਹਾ ਵੀ ਟੈਕਸ ਨਹੀਂ ਦਿੰਦੇ ਸਰਕਾਰ ਨੂੰ ਤੇ ਮੈਂ ਇੱਕ ਨੀਤੀ ਬਣਾ ਕੇ ਲਿਆਇਆ ਸੀ ਵੀ ਆਹ ਬਿੱਲ ਪਾਸ ਕਰੋ ਕੈਪਟਨ ਅਮਰਿੰਦਰ ਸਿੰਘ ਨੇ ਉਹ ਬਿੱਲ ਪਾਸ ਕੀਤਾ ਨਹੀਂ ਹੂੰ ਉਹ ਕਹਿੰਦੇ ਕਿ ਇਹ ਜੋ ਹੋਇਆ ਠੀਕ ਹੋਇਆ ਤਾਂ ਕਈ ਅਕਾਲੀ ਆਗੂਆਂ ਨੇ ਵੀ ਇਹਦੇ ਵਿੱਚ ਇਹ ਕਿਹਾ ਕਿ ਛਾਪਾ ਮਾਰਨਾ ਖਾਸ ਕਰ ਬਲਸਾਜ਼ੋ ਬਲਟਵਾ ਹੋ ਰਹੀ ਉਹ ਕਹਿੰਦੇ ਵੀ ਛਾਪਾ ਮਾਰਨਾ ਕੋਈ ਗੁਰਾਹ ਨਹੀਂ ਹੁੰਦਾ ਜਾਂਚ ਹੋ ਰਹੀ ਹੈ ਜਾਂਚ ਦੇ ਵਿੱਚ ਕਿਸੇ ਨੂੰ ਵੀ ਕਰਨ ਦਾ ਅਧਿਕਾਰ ਹੈਗਾ ਜਿਹੜਿਆ ਤੇ ਜਾਂਚ ਹੋ ਰਹੀ ਹੈ ਉਹ ਆਪ ਦਾ ਪੱਖ ਰੱਖਣਗੇ ਜੇ ਫੋਰਸਮੈਨਟ ਡਾਇਰੈਕਟੋਰੇਟ ਨੂੰ ਲੱਗੇਗਾ ਕਿ ਇਹਦੇ ਵਿੱਚ ਕੋਈ ਦੋਸ਼ ਹੈ ਜੇ ਉਹਨਾਂ ਦੇ ਸਾਰੇ ਕਾਰੋਬਾਰ ਕਾਗਜ਼ਾਤ ਸਾਰਾ ਕੁਝ ਸਹੀ ਹੈ ਤਾਂ ਉੱਥੇ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਲੋਕਾਂ ਦੇ ਉੱਤੇ ਛਾਪੇ ਮਾਰੀ ਹੋਈ ਹੈ ਮਨਪ੍ਰੀਤ ਸਿੰਘ ਇਹ ਵਾਲੀ ਤੇ ਆਮਦਨ ਕਰਦੀ ਹੋਈ ਸੀ ਬਿਲਕੁਲ ਸੁਖਪਾਲ ਸਿੰਘ ਕਹਿ ਰਿਹਾ ਤੇ ਈਡੀ ਦੀ ਹੋਈ ਸੀ ਮਨਪ੍ਰੀਤ ਸਿੰਘ ਇਹ ਵਾਲੀ ਤੇ ਪਹਿਲਾਂ ਵੀ ਹੋਈ ਹੈ ਕਹਿੰਦੇ ਹੂੰ ਉਸ ਵੇਲੇ ਵੀ ਉਹਨਾਂ ਨੂੰ ਨੇ মিডিਆ ਸਾਹਮਣੇ ਆ ਕੇ ਆਖਿਆ ਸੀ ਕਿ ਮੈਂ ਪਹਿਲਾਂ ਵੀ ਦੋਸ਼ ਮੁਕਤ ਹੋ ਕੇ ਨਿਕਲੇ ਆ ਤੇ ਹੁਣ ਵੀ ਦੋਸ਼ ਮੁਕਤ ਹੋ ਕੇ ਨਿਕਲੇਗਾ ਇਹ ਚੋਣਾਂ ਦੇ ਨੇੜੇ ਆ ਕੇ ਜਿਹੜੀ ਸਤਾਤਾਰੀ ਤੇ ਰਹਿ ਖਾਸ ਕਰ ਭਾਰਤੀ ਜਨਤਾ ਪਾਰਟੀ ਜਿਹੜੀ ਤਰਲੋ ਮੱਛੀ ਹੋ ਰਹੀ ਹੈ ਵੀ ਕਿਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਸਾਰੀਆਂ ਰਾਜਾਂ ਦੇ ਉੱਤੇ ਅਸੀਂ ਕਬਜ਼ਾ ਕਰੀਏ ਪੰਜਾਬ ਦੇ ਵਿੱਚ ਵੀ ਉਹ ਕਬਜ਼ਾ ਕਰਨ ਦਾ ਪੂਰਾ ਯਤਨ ਕਰ ਰਹੇ ਨੇ ਤੇ ਕਰਦੇ ਰਹਿਣਗੇ ਇਸ ਦੇ ਵਿੱਚ ਲੋਕਾਂ ਦਾ ਦੋਸ਼ਵਾਜੀ ਹੈ ਇਹ ਮਹਿਕਮੇ ਆਜ਼ਾਦਾਰਾ ਹੁੰਦੇ ਸੀ ਇਹਨਾਂ ਨੂੰ ਨਾ ਆਜ਼ਾਦਾਨਾ ਰੱਖਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਸਿਆਸੀ ਗਲਬਾ ਇਹਨਾਂ ਤੇ ਪੈ ਗਿਆ ਇਹਦੇ ਤੋਂ ਆਮ ਜਨਤਾ ਦੁਖੀ ਹੈ ਔਰ ਆਮ ਲੋਕਾਂ ਨੂੰ ਰਾਹਤ ਵਾਲੀ ਕੋਈ ਗੱਲ ਨਹੀਂ ਮਿਲ ਰਹੀ ਸਾਰੇ ਕਾਰੋਬਾਰ ਤਾਂ ਇਹਨਾਂ ਨੇ ਕਾਬੂ ਕਰ ਲਏ ਤੇ ਆਮ ਲੋਕਾਂ ਵਾਸਤੇ ਬਚੇ ਹੀ ਕੀ ਹੈਗਾ ਤਾਂ ਹੀ ਦਾ ਨੌਜਵਾਨ ਮੁੰਡੇ ਸੜਕਾਂ ਤੇ ਡੰਡੇ ਖਾ ਰਿਹਾ ਅੱਜ ਜਿਹੜੇ ਇਹਨਾਂ ਦੀ ਨਿੰਦਾ ਕਰਦੇ ਆ ਉਹਨਾਂ ਵੇਲੇ ਵੀ ਬੀਬੀਆਂ ਦੀਆਂ ਗੁੱਤਾਂ ਫੜ ਫੜ ਕੇ ਉਹਨਾਂ ਦੀ ਕਟਾਪਾ ਮੰਤਰੀਆਂ ਨੇ ਕੀਤਾ ਸੀ ਆ ਜੋ ਜਿਹੜੇ ਸਵਾਲ ਚੁੱਕਦੇ ਐ ਇੱਕ ਉਂਗਲ ਜੋ ਦੂਜੇ ਪਾਸੇ ਹੁੰਦੀ ਆ ਤਿੰਨ ਆਪਦੇ ਪਾਸੇ ਹੁੰਦੀਆਂ ਨੇ ਉਹਦਾ ਜਵਾਬ ਨਹੀਂ ਦਿੰਦੇ ਜੀ ਟਰੋਪ ਸਾਹਿਬ ਕੰਗਨਰ ਨੌਤ ਵੱਲੋਂ ਵਿਵਾਦ ਟਿੱਪਣੀ ਕੀਤੀ ਗਈ ਸਿੱਖਾਂ ਨੂੰ ਲੈ ਕੇ ਜਿਸ ਤੋਂ ਬਾਅਦ ਵੱਖ-ਵੱਖ ਥਾਵਾਂ ਦੇ ਤੇ ਸ਼ਿਕਾਇਤ ਵੀ ਦਰਜ ਹੋਈ ਹੈ ਮਨਜਿੰਦਰ ਸਿੰਘ ਸਿਰਸਾ ਹੋਰਾਂ ਵੱਲੋਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸੇ ਦੇ ਚੱਲਦੇ ਹੁਣ ਦਿੱਲੀ ਦੀ ਵਿਧਾਨ ਸਭਾ ਕਮੇਟੀ ਵੱਲੋਂ ਵੀ ਇੱਕ ਨੋਟਿਸ ਭੇਜਿਆ ਗਿਆ ਹੈ ਕੰਗਨਰ ਨੌਤ ਨੂੰ ਤੇ 6 ਦਸੰਬਰ ਨੂੰ ਕਿਹਾ ਗਿਆ ਹੈ ਕਿ ਉਹ ਕਮੇਟੀ ਦੇ ਅੱਗੇ ਆ ਕੇ ਆਪਣਾ ਪੱਖ ਰੱਖ ਕੇ ਪੇਸ਼ ਹੋਵੇ ਇਹ ਜਿਹੜੀ ਕਮੇਟੀ ਹੈ ਦਿੱਲੀ ਵਿਧਾਨ ਸਭਾ ਦੀ ਇਹਦੇ ਮੁਖੀ ਨੇ ਰਾਘੂ ਚੱਡਾ ਹੂੰ ਇਹਦੇ ਸੈਕਟਰੀ ਨੇ ਡਿਪਟੀ ਸੈਕਟਰੀ ਮਿਸਟਰ ਸਦਾਨੰਦ ਸ਼ਾਹ ਹੂੰ ਇਹ ਸਦਾਨੰਦ ਸ਼ਾਹ ਦੇ ਹਸਤਾਖਰਾਂ ਦੇ ਵਿੱਚ ਜਿਹੜੀ ਹੈ ਉਹ ਚਿੱਠੀ ਗਈ ਹੈ ਕੰਗਨਾਰ ਰੌਤ ਨੂੰ ਉਹਨੂੰ ਕਿਹਾ ਗਿਆ ਕਿ ਤੂੰ ਉਹ ਕੌਮ ਜਿਹੜੀ ਬੜੀ ਬਹਾਦਰ ਹੈ ਜਿਹਨੇ ਦੇਸ਼ ਦੀ ਆਜ਼ਾਦੀ ਵਿੱਚ 98% 90% ਤੋਂ ਵੱਧ ਦੀਆਂ ਜਿਹੜੀਆਂ ਨੇ ਉਹ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਕਦੇ ਤੂੰ ਖਾਲਸਤਾਨੀ ਕਹਿੰਨੀ ਹੈ ਕਦੇ ਦੂਜਾ ਕਹਿੰਨੀ ਹੈ ਤੀਜਾ ਕਹਿੰਨੀ ਹੈ ਹਾਲਾਂਕਿ ਖਾਲਸਤਾਨ ਬਾਰੇ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਆ ਕਿ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਜੀ ਖਾਲਸਤਾਨ ਮੰਗਣਾ ਕੋਈ ਗੁਨਾਹ ਨਹੀਂ ਹੂੰ ਸੋ ਉਹਨੂੰ ਇਹ ਚ ਜਿਹੜਾ ਨੋਟਿਸ ਗਿਆ ਉਹਨੂੰ ਉਹਦਾ ਨੋਟਿਸ ਦਾ ਜਵਾਬ ਦਿੰਦੀ ਹੈ ਪੇਸ਼ ਹੁੰਦੀ ਹੈ ਨਹੀਂ ਹੁੰਦੀ ਇਹ ਅੱਗੇ ਦੇਖਿਆ ਜਾਵੇਗਾ ਲੇਕਿਨ ਦਿੱਲੀ ਵਿਧਾਨ ਸਭਾ ਦੀ ਜਿਹੜੀ ਇਹ ਕਮੇਟੀ ਹੈ ਉਹਨੇ ਉਹਨੂੰ ਨੋਟਿਸ ਭੇਜਿਆ ਮੈਨੂੰ ਲੱਗਦਾ ਇਸ ਤਰ੍ਹਾਂ ਜੂਤ ਕਾਂਗਰਸ ਦਾ ਜਿਹੜੀ ਅਲਰੀਡਿਆ ਦੀ ਹੈ ਉਹਨਾਂ ਨੇ ਨੋਟਿਸ ਭੇਜਿਆ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਆਗੂ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਵੀ ਥਾਣੇ 'ਚ ਜਾ ਕੇ ਇੱਕ ਰਿਪੋਰਟ ਨਹੀਂ ਨਹੀਂ ਦਿੱਲੀ ਦੇ ਵਿੱਚ ਵੀ ਹੈ ਹਾਂ ਮਹਾਰਾਸ਼ਟਰ ਦੇ ਵਿੱਚ ਵੀ ਕਰਾਈ ਹੈ ਤੇ ਉਹਨਾਂ ਨੇ ਵੀ ਥਾਣਿਆਂ 'ਚ ਜਾ ਕੇ ਰਿਪੋਰਟ ਦਰਜ ਕਰਾਈ ਹੈ ਅਗਲੇ ਦਿਨ ਇਹ ਕੰਗਨਾਰ ਰਾਉਤ ਦੇ ਕੋਈ ਸੌਖੇ ਲੰਘਣ ਵਾਲੇ ਨਹੀਂ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਵੀ ਇੱਕ ਪ੍ਰਧਾਨ ਮੰਤਰੀ ਨੇ ਇਹਨਾਂ ਸਿੱਖਾਂ ਨੂੰ ਪੈਰਾਂ ਥੱਲੇ ਮਧੂਲਤਾ ਸੀ ਕਦੇ ਇਹ ਵੀ ਦੇਖਿਆ ਵੀ ਉਹ ਪ੍ਰਧਾਨ ਮੰਤਰੀ ਦਾ ਹਸ਼ਰ ਕੀ ਹੋਇਆ ਸੀ ਸੋ ਇਸ ਤਰ੍ਹਾਂ ਦੇ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਉਹਦੀ ਸਰਪ੍ਰਸਤੀ ਕਰ ਰਹੀ ਹੈ ਖਾਸ ਕਰ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹਦੇ ਤੇ ਇਦੀ ਲਗਾਮ ਕਸਣੀ ਚਾਹੀਦੀ ਹੈ ਜੇ ਆਪਾਂ ਸਾਰੇ ਦੇਸ਼ ਨੂੰ ਇੱਕ ਰੱਖਣਾ ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਨਾਂ ਤੱਕ ਪਾਟੀਆਂ ਗਲਤ ਆਵਾਜ਼ਾਂ ਕੱਢਦੇ ਨੇ ਉਹਨਾਂ ਨੂੰ ਮਤਲਬ ਥੋੜਾ ਜਿਹਾ ਨਕੇਲ ਪਾ ਕੇ ਰੱਖਣ ਦੀ ਜ਼ਰੂਰਤ ਹੈ ਜੀ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵਕ ਵਕ ਮੁੱਦਿਆਂ ਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਜਿਹੜਾ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਨੂੰ ਇੰਨਾ ਪਿਆਰ ਦੇ ਰਹੇ ਨੇ ਸਤਿਕਾਰ ਦੇ ਰਹੇ ਨੇ ਰੋਜ਼ਾਨਾ ਅਸੀਂ ਤੁਹਾਡੀ ਕਚਹਿਰੀ ਚ ਲੈ ਕੇ ਇਸ ਪ੍ਰੋਗਰਾਮ ਨੂੰ ਹਾਜ਼ਰ ਹੁੰਨੇ ਆ D5 ਚੈਨਲ ਪੰਜਾਬੀ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੱਧ ਤੋਂ ਵੱਧ ਲੋਕਾਂ ਨੂੰ ਦੱਸੋ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਦਰਸ਼ਕ ਵੀ ਸਾਡੀ ਅਪਡੇਟਸ ਦੇ ਨਾਲ ਜੁੜੇ ਰਹਿਣ ਕੱਲੇ ਇਸੇ ਤਰ੍ਹਾਂ ਹੋਰ ਮੁੱਦੇ ਲੈ ਕੇ ਫਿਰ ਆਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ